ਮਰਜ਼ੀ ਬਿਨਾਂ ਮਰ ਵੀ ਨਹੀਂ ਸਕਦੀ। ਤੂੰ ਭੇਸ ਬਦਲ ਕੇ ਮੇਰੀਆਂ ਅੱਖਾਂ 'ਚ ਖੱਟਾ ਨਹੀਂ ਪਾ ਸਕਦੀ। ਤੈਨੂੰ ਮੇਰੇ ਨਾਲ ਵਿਆਹ ਕਰਾਉਣਾ ਹੀ ਪਊਗਾ। ਹਾਂ ਵਿਆਹ, ਚੱਲ ਮੇਰੇ ਨਾਲ। ਤੂੰ? ਹਾਂ ਮੈਂ। ਜਦ ਗਿੱਦੜ ਦੀ ਮੌਤ ਆਉਂਦੀ ਹੈ ਉਹ ਸ਼ਹਿਰ ਵੱਲ ਦੌੜਦਾ। ਇਹਦਾ ਹੱਥ ਛੱਡ ਦੇ, ਛੱਡ ਦੇ ਇਹਦਾ ਹੱਥ। ਲੱਗਦਾ ਤੇਰੇ ਦਿਨ ਨੇੜੇ ਆ ਗਏ ਨੇ। ਅੱਜ ਮੈਂ ਤੈਨੂੰ ਜਦ ਤੱਕ ਸੈਦਾ ਮੇਰੀ ਨਹੀਂ ਹੋ ਜਾਂਦੀ। ਹੋ ਗਿਆ, ਮੈਂ ਆਪਣੀ ਸੈਦਾ ਨੂੰ ਭੱਜੀ ਜਾ ਰਹੀ ਸੀ। ਮੇਰਾ ਨਾਂ ਸੈਦਾ ਨਹੀਂ ਆ, ਅੰਜੂ ਆ। ਤੇਰਾ ਨਾਂ ਕੀ ਹੈ? ਚੱਲ ਤੈਨੂੰ ਦੱਸਣਾ, ਚੱਲ ਮੇਰੇ ਨਾਲ। Sorry, mommy, for being a little late. Mm-hmm.
ਸੌਰੀ ਮੰਮੀ ਇਹ ਆਪਣੀ ਅੰਗਰੇਜ਼ੀ ਕਿਤੇ ਹੋਰ ਜਾ ਕੇ ਮਾਰਿਆ ਕਰ ਸਮਝੀ ਤੇ ਨਾਲੇ ਕੰਨ ਖੋਲ ਕੇ ਸੁਣ ਲੈ ਕਾਲਜ ਤੋਂ ਸਿੱਧੀ ਘਰ ਆਇਆ ਕਰ ਚਾਰ ਚਾਰ ਘੰਟੇ ਖਰੇ ਕਿਤੇ ਖਪਾ ਆਉਂਦੀ ਹੈ ਪਰ ਮੰਮੀ ਮੈਂ ਤਾਂ ਸਿੱਧੀ ਘਰ ਤਾਂ ਆਉਂਦੀ ਹਾਂ ਆਏ ਹਾਏ ਕਿੱਡੀ ਸਿੱਧੀ ਬਣਦੀ ਹੈ ਸ਼ਾਂਤੀ ਕਿਉਂ ਕਲਪਨੀ ਹੈ ਕਿਉਂ ਸਵੇਰੇ ਸਵੇਰੇ ਆਵਾਜ਼ਾਰ ਕਰਦੀ ਹੈ ਇਸ ਵਿਚਾਰੀ ਨੇ ਕਾਲਜ ਜਾ ਕੇ ਪੜ੍ਹਨਾ ਹੁੰਦਾ ਹੈ ਪੜ੍ਹਨਾ ਇਹਨੇ ਇਹ ਸੁਰਖੀ ਕਜਰਾ ਲਟਰਮ ਪਟਰਮ ਇਹ ਕੋ ਪੜ੍ਹਨ ਦੇ ਚਾਲੇ ਨੇ ਅਖੇ ਕਿਉਂ ਕਲਪਨੀ ਹੈ ਕਿਉਂ ਆਵਾਜ਼ਾਰ ਕਰਨੀ ਹੈ ਵਿਚਾਰੀ ਨੂੰ ਸ਼ਾਂਤੀ ਆਹੋ ਜੀ ਮੈਂ ਤਾਂ ਹੋਈ ਨਾ ਮਤ ਰਹੀ ਮਾਂ ਮੇਰੀ ਤਾਂ ਸੱਚੀ ਗੱਲ ਵੀ ਜ਼ਹਿਰ ਲੱਗਦੀ ਹੈ ਅੰਜੂ ਪੁੱਤਰ ਤੇਰੇ ਸੁੱਖ ਵਾਸਤੇ ਮੈਂ ਦੂਜਾ ਵਿਆਹ ਕਰਾਉਣ ਦੀ ਗਲਤੀ ਕੀਤੀ ਸੀ ਮੈਨੂੰ ਕੀ ਪਤਾ ਸੀ ਮੇਰੀ ਇਹ ਗਲਤੀ ਤੇਰੇ ਲਈ ਐਡਾ ਵੱਡਾ ਦੁੱਖ ਬਣ ਜਾਏਗੀ ਡੈਡੀ ਤੁਸੀਂ ਫਿਕਰ ਨਾ ਕਰੋ ਮੈਂ ਮੰਮੀ ਨਾਲ ਐਡਜਸਟ ਕਰ ਲਿੱਤਾ ਪਟੋਲਿਆ ਤੇਰੀ ਮੱਸਿਆ ਦੀ ਰਾਤ ਵਰਗੀ ਨਾ ਸੁਮਨ ਹਰ ਵੇਲੇ ਮਜ਼ਾਕ ਨਹੀਂ ਕਰੀਦਾ ਅੱਛਾ ਜੀ ਮਜ਼ਾਕ ਕਰਨ ਦਾ ਵੀ ਕੋਈ ਵਕਤ ਹੁੰਦਾ ਹੈ ਪਲੀਜ਼ ਸੁਮਨ ਮੇਰਾ ਮਨ ਠੀਕ ਨਹੀਂ ਮਨ ਠੀਕ ਨਹੀਂ ਤੇਰਾ ਮਨ ਠੀਕ ਕਰਨ ਵਾਲਾ ਇੱਥੇ ਕਿਤੇ ਲੱਭਦਾ ਹੋਏਗਾ ਦੋਸਤਾ ਹਾਂਜੀ ਆਪਾਂ ਤਾਂ ਦੋ ਹੀ ਗੱਲਾਂ ਜਾਣਦੇ ਆ ਅੱਛਾ ਜੀ ਨੋ ਲਾਈਫ ਵਿਦਆਊਟ ਵਾਈਫ ਆਪਣੀ ਅਸਤਗੀ ਧੀ ਦਊਗਾ ਕੌਣ ਉਹ ਤੇਰਾ ਟਿੱਡੇ ਜਿੰਨਾ ਮਤਲਬ ਪਾਵੇ ਜਿੰਨਾ ਤਾਂ ਕਦ ਨਹੀਂ ਰਹਿਣ ਦੇ ਰਹਿਣ ਦੇ ਮੇਰੇ ਉੱਤੇ ਕਾਲਜ ਦੀਆਂ 50 ਕੁੜੀਆਂ ਮਰਦੀਆਂ ਨੇ ਪਰ ਮੇਰੀ ਨਿਗਾਹ ਪੀਸੀ ਦੇ ਬੇਰ ਤੇ ਹੈ ਉੱਤੇ ਉੱਤੇ ਅੱਛਾ ਅੱਛਾ ਉੱਤੇ ਹਾਂ ਉੱਤੇ ਉਹ ਬਈ ਟਿੱਡਿਆ ਤੂੰ ਤਾਂ ਛੁਪਾ ਰਸਤਾ ਵੇਖ ਲਿਆ ਉਹ ਬਈ ਕੁੜੀ ਹੈ ਕੌਣ ਕੰਟੇਨ ਚ ਦੱਸਾਂਗੇ ਆ ਚੱਲ ਫਿਰ ਆ ਚੱਲ ਮੈਂ ਹੁਣ ਮੈਂ ਤੈਨੂੰ ਦੱਸਦਾ ਦੱਸ ਉਸਤਾਦ ਸਾਡੀ ਨਜ਼ਰ ਅੰਜੂ ਤੇ ਆ ਅੰਜੂ ਤੇ ਹੈ ਨਾ ਪਟਾਕਾ ਹਾਂ ਅੱਛਾ ਤੇ ਤੂੰ ਉਹਨੂੰ ਆਪਣੀ ਵਾਈਫ ਬਣਾਉਣ ਫਿਰਦਾ ਓਏ ਇਹ ਗੱਲ ਤੇਰੀ ਜਰਾ ਨਹੀਂ ਬਣਦੀ ਹਾਂ ਤੇਰੀ ਉਹ ਦੂਜੀ ਗੱਲ ਸਹੀ ਹੈ ਕਿ ਨੋ ਨੌਲੇਜ ਵਿਦਆਊਟ ਕਾਲਜ ਕਿਉਂਕਿ ਤੂੰ 20 ਸਾਲ ਕਾਲਜ ਰਹਿ ਕੇ ਨਾ ਚੰਗੀ ਨੌਲੇਜ ਜਮ੍ਹਾਂ ਕੀਤੀ ਹੈ ਆ ਕੁਛ ਤਾਂ ਪਾਈ ਹੈ ਨਾ ਨੌਲੇਜ ਆ ਉਹ ਤਾਂ ਹੈ ਗੁੱਡ ਮਾਰਨਿੰਗ ਸਰ ਮੇਰੇ ਵੱਲੋਂ ਗੁੱਡ ਮਾਰਨਿੰਗ ਅਜੀਤ ਕੀ ਗੱਲ ਹੈ ਤੂੰ ਕਲਾਸ ਨਹੀਂ ਗਿਆ ਸਰ ਮੈਂ ਹੁਣੇ ਜਾਣਾ ਉਹ ਮਿਸਟਰ ਗੁਪਤਾ ਉਹ ਕਦੀ ਪੜ੍ਹ ਵੀ ਲਿਆ ਕਰ ਸਾਰਾ ਦਿਨ ਕੰਟੀਨ 'ਚ ਬੈਠ ਰਹਿੰਦਾ ਉਹ ਕਦੀ ਕਲਾਸ 'ਚ ਅਟੈਂਡ ਕਰ ਲਿਆ ਕਰ ਪ੍ਰੋਫੈਸਰ ਸਾਹਿਬ ਤੁਹਾਡਾ ਵੀ ਜਵਾਬ ਨਹੀਂ ਕਲਾਸਾਂ ਅਟੈਂਡ ਕੀਤੀਆਂ ਹੁੰਦੀਆਂ ਤੇ ਮੈਂ ਵੀ ਪ੍ਰੋਫੈਸਰ ਹੋ ਜਾਂਦਾ ਅਸਾਂ ਕਾਲਜ ਤੇ ਇਕੱਠਾ ਹੀ ਜੁਆਇਨ ਕੀਤਾ ਸੀ ਬਗਾਣੀਆਂ ਹਾਇਓ ਮੇਰੇ ਡਾਡਿਆ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਆਏ ਇਡੀਅਟ ਹਾਏ ਕਿਉਂ ਆਈ ਗੱਲ ਸਮਝ ਕੱਟ ਗਈ ਗਾਲ ਓਏ ਗਾਲਾਂ ਤੇ ਪਿਆਰ ਦੀ ਪਹਿਲੀ ਪੌੜੀ ਹੁੰਦੀ ਹੈ ਚੜ ਜਾ ਬੇਟੇ ਚੜ ਜਾ ਚੜ ਇੱਥੇ ਬੜੇ ਯਾਰ ਕੱਟ ਲੱਗ ਗਿਆ ਓਏ ਮੁੰਡਿਆ ਚਾਹ ਲੈ ਕੇ ਆ
You like this? Yeah. How's Rishi in that film? Good. He is a good? Yeah. Okay then. See you. Bye bye. 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 And मैं वो मिठा करके आया. La 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 la. तोड़े हो. साठे वाले भी तक क्या करो? पहले जम तलाओ. जम्मे आता पहले ही है. अच्छा फिर ना क्यों रह गया? जिन्ना करती विच है और ना उत्ते भी है. ओह ये गल है. हाँ जी. इधर आ इधर आना. आया. फिर तो बड़े बड़े आशिक लग गए हो. हाँ. नहीं गनेरी. नहीं नहीं. हाँ. नहीं नहीं. आजा आजा. नहीं नहीं नहीं. फिर जाओ उधर. बाय. बाय द लगदा. क्यों टिड्डिया मार गई थप्पड़. बाई होता प्यार दा थप्पड़ सी. ओ कहंदी सी चल पिक्चर चलिए. अच्छा अच्छा. आओ. ओ ता ठीक है पारा जोदी सहेली अंजू किथे है. ओ क्यों मेरा दिल दुखाउना है और प्रीतम ला गया. प्रीतम. आओ. बलिए नहीं हंसना मैं क्या हंस बलिए नहीं हंसना कुछ दस बलिए नहीं दसना बिलो तेरी हिक दतवित बन के बिलो तेरी हिक दतवित बन के तेरे दिल दी समझ ला सारी ठड मेरी भा मित्रा प्रेम मार गई शर्म दी मारी ठड मेरी भा मित्रा प्रेम मार गई शर्म दी मारी हंस बलिए नहीं हंसना दस बलिए नहीं दसना तेरी अख ने शरारत की तीनी मेरी पोली पाली जान छड़ी तेरी अख ने शरारत की तीनी मेरी पोली पाली जान छड़ी मेरी टूड़ी हारी सांजर दा छड़काटा पेंदा गली गली नी बलिए हाँ मखना चल उड़ चलिए ना मखना नी बलिए हाँ मखना चल उड़ चलिए ना मखना हौली 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 वाले सिख जाएंगी हौली 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 वाले सिख जाएंगी अज सजरी मुला जयदारी छड मेरी भा मित्रा प्रेम मार गई शर्म दी मारी छड मेरी भा मित्रा प्रेम मार गई शर्म दी मारी हस बलिए नहीं हसना कुछ दस बलिए नहीं दसना ਲਕਦੀ ਜਾਂਦੀ ਏ ਤੇਰੇ ਰੇਸ਼ਮ ਵਰਗੇ ਅੰਗਾ ਤੋਂ ਚੰਨ ਮੱਖਣਾ ਆਹ ਜੀ ਬਲੀਏ ਚੰਨ ਮਨ ਮੱਖਣਾ ਮਾਂ ਕੀ ਬਲੀਏ ਤੇ ਚੰਨ ਮੱਖਣਾ ਆਹ ਜੀ ਬਲੀਏ ਚੰਨ ਮਨ ਮੱਖਣਾ ਮਾਂ ਕੀ ਬਲੀਏ ਕੰਮ ਲਾ ਕੇ ਅੰਬਰਾਂ
ਤੇਰੇ ਇੱਕ ਦਤਵਿੱਚ ਬਣ ਕੇ ਤੇਰੇ ਦਿਲ ਦੀ ਸਮਝ ਲਾ ਸਾਰੀ ਛੱਡ ਮੇਰੀ ਬਾ ਮਿੱਤਰਾ ਵੇ ਮਾਰੀ ਸ਼ਰਮ ਦੀ ਮਾਰੀ ਹੱਸ ਬਲੀਏ ਨਹੀਂ ਹੱਸਣਾ ਕੁਝ ਦੱਸ ਬਲੀਏ ਨਹੀਂ ਦੱਸਣਾ ਰਾਜੂ ਮੈਂ ਕਹਿੰਦੀ ਹਾਂ ਤੂੰ ਇਹਨਾਂ ਗੱਲਾਂ ਤੋਂ ਬਾਜ਼ ਆ ਜਾ ਰਾਜੂ ਹਾਏ ਉਸਸੇ ਤਾਂ ਹੋਰ ਵੀ ਖੂਬਸੂਰਤ ਲੱਗਦੀ ਹੈ ਦੇਖ ਰਾਜੂ ਮੈਂ ਕਹਿੰਦੀ ਹਾਂ ਤੂੰ ਮੇਰਾ ਰਾਸਤਾ ਛੱਡ ਦੇ ਤਾਂ ਫਿਰ ਸਿੱਧੀ ਉਂਗਲੀ ਨਾਲ ਕਿਉਂ ਨਹੀਂ ਨਿਕਲੇਗਾ ਇਸਨੂੰ ਛੱਡਣਾ ਨਹੀਂ ਸੀ ਵੱਜ ਗਿਆ ਸਾਲਾ ਵੀ ਆਰ ਸੌਰੀ ਪ੍ਰੀਤਮ ਅਸੀਂ ਲੇਟ ਹੋ ਗਏ ਅੰਜੂ ਕਿੱਥੇ ਹੈ ਅੰਜੂ ਤੂੰ ਸੈਮੀ ਜੀ ਕਿਉਂ ਖੜੀ ਹੈ ਪਤਾ ਨਹੀਂ ਮੇਰੇ ਨਾਲ ਘਰ ਗਿਆ ਕੀ ਬੀਤੇਗੀ ਤੈਨੂੰ ਤਾਂ ਮੰਮੀ ਦੇ ਸੁਭਾਅ ਦਾ ਪਤਾ ਛੱਡ ਅੰਜੂ ਯਾਰ ਡੋਂਟ ਕੇਅਰ ਫੋਰ ਐਨੀ ਲੱਲੂ ਪੰਜੂ ਹਰੇ ਜਬ ਪਿਆਰ ਕੀਆ ਤੋ ਡਰਨਾ ਕਿਆ ਹਾਈ ਆਪਣੀ ਮਜਨੂ ਵਾਲ ਵੇਖ ਪੱਟੇ ਕੱਪੜੇ ਪਾ ਕੇ ਖੜਾ ਹੈ ਐ ਤਾਂ ਆਪਣੀ ਜ਼ਬਾਨ ਕਦੇ ਬੰਦ ਨਹੀਂ ਕਰੇਗੀ ਚਲ ਆਪਾਂ ਘਰ ਚਲੇ ਜਾ 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 ਉਹ ਤੂੰ ਕੀ ਕਹਿਣਾ ਚਲ ਮੈਂ ਨਾ ਚਲ ਆ ਗਈ ਹੈ ਪਿਓ ਦੀ ਲਾਡਲੀ ਧੀ ਆ ਜੀ ਆਇਆ ਨੀ ਇੰਨੀ ਦੇਰ ਕਿੱਥੇ ਲਾ ਕੇ ਆਈ ਹੈ ਤੇ ਇਹ ਨਮਸਤੇ ਜੀ ਮੰਮੀ ਇਹਨਾਂ ਨੂੰ ਗਲਤ ਨਾ ਸਮਝੋ ਰਸਤੇ 'ਚ ਕੁਝ ਗੁੰਡੇ ਪੈ ਗਏ ਸੀ ਮੇਰੇ ਪਿੱਛੇ ਤੇ ਇਹਨਾਂ ਹਾਂ 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 ਅੱਗੇ ਕੁਝ ਨਾ ਕਹਿ ਕਾਕੀ ਮੈਂ ਸਭ ਸਮਝ ਗਈ ਹਾਂ ਗੁੰਡੇ ਪਿੱਛੇ ਪੈ ਗਏ ਸੀ ਤੇ ਫਿਰ ਕਿਤੋਂ ਕਾਕਾ ਜੀ ਆ ਗਏ ਖੂਬ ਲੜਾਈ ਹੋਈ ਤੇ ਫਿਰ ਇਸ ਹੀਰੋ ਨੇ ਗੁੰਡਿਆਂ ਨੂੰ ਮਾਰ ਪਜਾਇਆ ਹੈ ਕਿ ਨਹੀਂ ਹੋਈ ਨਾ ਤੇਰੀ ਸਟੋਰੀ ਪੂਰੀ ਮੈਂ ਨਾ ਮੁੰਡਿਆਂ ਦੀ ਡਰਾਮੇਬਾਜ਼ੀ ਖੂਬ ਸਮਝਨੀ ਆ ਕੁਝ ਗੁੰਡੇ ਬਣ ਗਏ ਤੇ ਇੱਕ ਬਣ ਗਿਆ ਹੀਰੋ ਖੂਬ ਡਰਾਮਾ ਕੀਤਾ ਤੇ ਕੁੜੀ ਫਸਾ ਲਈ ਪਰ ਮਾਂ ਜੀ ਮੈਂ ਇਸ ਤਰ੍ਹਾਂ ਦਾ ਮੁੰਡਾ ਨਹੀਂ ਆ ਕਾਨੂੰ ਤੂੰ ਕਾਨੂੰ ਇਹੋ ਜਿਹਾ ਮੁੰਡਾ ਹੈ ਤੂੰ ਤਾਂ ਬਹੁਤ ਹੀ ਸ਼ਰੀਫ ਹੈ ਜਾ ਵੀ ਬਰਾ ਨਾ ਜਾ ਜਾ ਕਿਸੇ ਹੋਰ ਕੁੜੀ ਨੂੰ ਗੁੰਡਿਆਂ ਤੋਂ ਬਚਾ ਆਹਾ ਕੈਸੇ ਕੈਸੇ ਪਰਉਪਕਾਰੀ ਜੀ ਪੈਦਾ ਕੀਤੇ ਰੱਬ ਨੇ ਧਰਤੀ ਤੇ ਜੇ ਇਹੋ ਜਿਹੇ ਜੀ ਨਾ ਹੁੰਦੇ ਤਾਂ ਇਹਨਾਂ ਗਊਆਂ ਨੂੰ ਕੌਣ ਬਚਾਉਂਦਾ ਮਮਾ ਮੰਮਾ ਦੀ ਬੱਚੀ ਤੈਨੂੰ ਤਾਂ ਮੈਂ ਸਮਝਦੀ ਆ ਤੇਰੇ ਨਾਲ ਤਾਂ ਮੈਂ ਗੱਲ ਕਰਦੀ ਮਾਮਾ ਮੈਂ ਤਾਂ ਸਿੱਧੀ ਘਰ ਆਉਂਦੀ ਆ ਦੱਸਦੀ ਆ ਤੈਨੂੰ ਘਰ ਕਿੱਥੇ ਤੇਰਾ ਚੱਲ ਤੇਰੇ ਪਿਓ ਨੂੰ ਦੱਸਦੀ ਆ ਤੇਰੀਆਂ ਹਰਕਤਾਂ ਮੈਂ ਕਿਹਾ ਜੀ ਸੁਣਦੇ ਹੋ ਹੁਣ ਕੀ ਹੋ ਗਿਆ ਸ਼ਾਂਤੀ ਕੀ ਗੱਲ ਏ ਥੱਲੇ ਆ ਤੁਹਾਨੂੰ ਦੱਸਾਂ ਕੀ ਪੁਰੀਆਂ ਪਾਈਆਂ ਨੇ ਤੁਹਾਡੀ ਲਾਡਲੀ ਨੇ ਲੋ ਜੀ ਆ ਗਿਆ ਦੱਸੋ ਕੀ ਕੀਤਾ ਹੈ ਮੈਂ ਤੁਹਾਨੂੰ ਕਿੰਨੀ ਵਾਰੀ ਆਖਿਆ ਵੀ ਤੁਹਾਡੀ ਲਾਡਲੀ ਦੇ ਚਾਲੇ ਚੰਗੇ ਨਹੀਂ ਮੈਂ ਤਾਂ ਚਲੋ ਮਤਰੇਈ ਮਾਂ ਸੀ ਪਰ ਤੁਸੀਂ ਤਾਂ ਸਕੇ ਪਿਓ ਹੋ ਕੇ ਨਹੀਂ ਦੱਸੋ ਤੇ ਸਹੀ ਕੀ ਕੀਤਾ ਉਸਨੇ ਉਹ ਕੀ ਤੁਹਾਨੂੰ ਦੱਸਾਂ ਘਰੋਂ ਜਾਂਦੀ ਹੈ ਪੜਨ ਤੇ ਉੱਥੇ ਆਵਾਰਾ ਗਰਦੀ ਕਰਦੀ ਫਿਰਦੀ ਹੈ ਮੁਸ਼ਟੰਡਿਆਂ ਦੇ ਨਾਲ ਕੀ ਪੇ ਕਹਿਨੀ ਹੈ ਜੋ ਅੱਖਾਂ ਨਾਲ ਵੇਖਿਆ ਉਹੀ ਉਹ ਕਹਿਨੀ ਪਈਆਂ ਹੁਣ ਉਹਨੇ ਇੱਕ ਬਦਮਾਸ਼ ਆਇਆ ਸੀ ਉਹਨੂੰ ਘਰ ਛੱਡਣ ਆਖਦੀ ਹੈ ਵੀ ਮੈਨੂੰ ਗੁੰਡਿਆਂ ਨੇ ਘੇਰ ਲਿਆ ਸੀ ਤੇ ਇਹਨੇ ਮੇਰੀ ਇੱਜ਼ਤ ਬਚਾਈ ਹੈ ਮੈਂ ਪੁੱਛਨੀ ਆ ਵੀ ਤੁਹਾਡੀ ਲਾਡਲੀ ਨੂੰ ਹੀ ਗੁੰਡੇ ਘੇਰਦੇ ਨੇ ਦੂਜਿਆਂ ਦੀਆਂ ਧੀਆਂ ਨੂੰ ਨਹੀਂ ਘੇਰਦੇ ਸ਼ਾਂਤੀ ਮੈਨੂੰ ਨਾ ਅੱਖਾਂ ਵਿਖਾਉਣਾ ਨਹੀਂ ਜਾ ਕੇ ਪੁੱਛੋ ਆਪਣੀ ਲਾਡਲੀ ਕੋਲੋਂ ਅੰਜੋ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਤੂੰ ਮੇਰੇ ਲਾਡ ਪਿਆਰ ਤੇ ਕੁਲਦਲੀ ਦਾ ਇਹੋ ਨਾਜਾਇਜ਼ ਫਾਇਦਾ ਉਠਾਏਗੀ ਡੈਡੀ ਡੈਡੀ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ ਡੈਡੀ ਮੈਨੂੰ ਪਤਾ ਸੀ ਤੂੰ ਇਹ ਸਾਰਾ ਇਲਜ਼ਾਮ ਸ਼ਾਂਤੀ ਤੇ ਪਾਏਗੀ ਵਾਕਈ ਮਤਰਈ ਮਾਂ ਹੋਣਾ ਵੀ ਗੁਨਾਹ ਹੈ ਮੈਂ ਸਾਰੀ ਜ਼ਿੰਦਗੀ ਸ਼ਾਂਤੀ ਨੂੰ ਗਲਤ ਸਮਝਦਾ ਰਿਹਾ ਡੈਡੀ
जे तुसी मैनू कहोगे तो फिर मैं भी कहांगी कि किसी दी मतरेती होना भी एक बहुत बड़ा श्राप है। हुण तू इन्नी मूंह जोर हो गई कि साडी मोह ममता नू श्राप हाय हाय नी तैनू वेख वेख के असीं जीवीए तेरे साह विच साह लईए ते तू उल्टा सानू ही दोषी ठहरानी है। गलत है ना तो मेरा गल कुट के मैं मार दू डैडी। बेटा तू ही तो मेरा सहारा है पर आज आज मैं तेरे से हट चुकिया है। मैं माफ कर दे बेटा माफ कर दे। हाय नी सैदा जी मैं मुंडा हुंदी ना ते हाय तेरे नाल जगो तेरवी अवली गल होई। मैं
रास्ता छड़ दे। इस तरह तेरा रास्ता किवें छड़ देवा सैदा? मेरी बीनी छड़ दे गोगिया। मैं कहनी मेरी बीनी छड़ दे। ए बीनी छड़न वास्ते नहीं फड़ी सैदा। तू साडे कबीले दे मामले च दखल देण वाला कौन हुन्ना है? ओए असी अपने खेतां विच चिड़ी नहीं फड़कन दिंदे, तां तेरे वर्गे कानू इस कूंज उत्ते किदां झपटन दे देंगे? तैनू सप्पां दे पुत्तां नाल दुश्मनी महंगी पऊगी चौधरी। जा जा, साडा सप्पां नाल बड़ा पुराना वास्ता है, ते अज तो बाद सज्जन दे बिना इस बीनी नूं कोई हाथ नहीं ला सकदा। बड़ी वड्डी गल कह दित्ती चौधरी, गल कहनी बड़ी सुखाली हुंदी है पर तोड़ने वाली ढाडी मुश्किल। सैदां असीं जट्टां दे पुत तख्त हजारा छड्ड के जोग लैण वाले च हुंदे आ। नहीं सज्जणा, तू वड्डां दा पुत्तर ते मैं ती गरीबां दी, डर लगदा है कितें किस्मत दे खेल धोखा ना दे देण। ए अमीरी गरीबी साढ़े सच्चे प्यार दे राह विच कोई रुकावट नहीं बन सकती सैदा। अटेंशन, रुकावट क्यों नहीं बन सकती? इधर देख, तेरे सामने जीवंदी जागदी रुकावट खड़ी है। चौधरी फौजा सिंह, रिटायर सूबेदार। बापू जी तुसी? आहो पुत्र मैं। वैसे तू पुरजा चंगा पटिया, शर्मा गई। ओ पुत्र शर्माया ना कर, जो कुछ करना है सानू पुछना कर। असी पुराने पापी हाँ, वो असी तैनू कोई ना कोई नवी गल दस देवांगे। चंगा पिया। अच्छा अच्छा अच्छा। मेरा नाम करेगा रोशन जग में, मेरा राज दुलारा। गुरु नाथ, अज मैनू कबीले की इज्जत बचाने वास्ते पिंड दे चौधरी दे पुत्र नाल लड़ना पिया। जे सैदा उत्ते रोक ना लाई गई तां कल नू सारे कबीले नू सारे पिंड नाल लड़ना पऊगा। कबीला किसी नाल दुश्मनी पाउण दे हक विच नहीं गो गया। तां फिर हुक्म दित्ता जाए कि अज तो बाद सैदा चौधरी दे पुत्र नू नहीं मिलूगी। कदी नहीं मिलेगी, वड्डा आया सैदा दा राखा। तू कौन होना मैनू रोकण वाला? ओए हुण तां कोई शर्म कर, पंचायत अगे खड़ी ने। देखिया गुरु नाथ किन्ने चबर चबर बोलदी है, किन्नी मूंह जोर हो गई है। मैं कहना जे इनू ना रोकया गया तां कबीले दीआं होर ना कुड़ियां तेरा पैड़ा असर पऊगा। इनू रोकया जावे। हां हां, इनू रोकया जावे। सैदा नूं अज परी पंचायत विच ताड़ना कीती जांदी है कि ओह कबीले दीआं हद्दां विच रहे, पर गोगिया तेरा वी फर्ज बनदा है कि तू उसदी राखी करे, क्योंकि तेरी ओह मंगे तेरे। बापू, की सच कि गोगा मेरा मंगेतर? बापू तू बोला क्यों नहीं? ਕਿਆ ਦਿਨ ਕੀ ਝੂਠ ਹੈ? ਸੱਚ ਨੂੰ ਝੂਠ ਕਿਵੇਂ ਕਹਿ ਰਿਹਾ ਪੁੱਤਰ? ਬਾਪੂ ਨਹੀਂ 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 ਪੁੱਤਰ, ਸਾਰਾ ਭਾਵੇਂ ਅਸੀਂ ਅੰਬਰ ਦੀ ਛਾਂ ਥੱਲੇ ਪੜਨ ਵਾਲੇ ਟੱਪਰੀ ਵਾਸ, ਪਰ ਸਾਡੇ ਕਬੀਲੇ ਦੇ ਰਿਵਾਜਾਂ ਦੀਆਂ ਕੰਧਾਂ ਬਹੁਤ ਉੱਚੀਆਂ ਨੇ। ਬਾਪੂ, ਜੇ ਤੂੰ ਮੈਨੂੰ ਪਹਿਲਾਂ ਦੱਸਿਆ ਹੁੰਦਾ ਤੁਮੇ ਇਹ ਕੰਧ ਪਾਰ ਕਰਨ ਦੀ ਕਦੇ ਜ਼ਰੂਰਤ ਨਾ ਕਰਦੇ। ਕਹਿਦਾ ਕਦੇ ਜ਼ਰੂਰਤ ਨਾ ਕਰਦੇ। ਕਬੀਲੇ ਦੇ ਰਿਵਾਜਾਂ ਨੂੰ ਮੇਰੀ ਮਜਬੂਰੀ ਸਮਝੀ ਪੁੱਤਰ। ਬੜੇ ਅਰਮਾਨ ਨਾਲ ਸੁੱਤੇ ਪਏ ਸੀ ਯਾਰ, ਇਹ ਸਭ ਨੂੰ ਸਾਡੇ ਤੇ ਕੀ ਕੰਮ ਪੈ ਗਿਆ? ਅੱਛਾ, ਸਾਹਿਬ ਨੇ ਬੁਲਾਇਆ?
ਹੈਂ ਤੇ ਫਿਰ ਸਾਹਿਬ ਮੇਰੇ ਕੋਲੇ ਆਊਗਾ ਕਿ ਅਸੀਂ ਸਾਹਿਬ ਕੋਲੇ ਚਲੀਏ ਤੂੰ ਚੱਲ ਇੱਧਰ ਅੱਛਾ ਚਲੋ ਫਿਰ ਸਲਾਮ ਬੁਲਾਉਣੇ ਆ ਜੀ ਉਹ ਤੋਂ ਤਰ੍ਹਾਂ ਮੈਂ ਤੇਰਾ ਨਾਂ ਹਾਂਜੀ ਸਿੱਧਾ ਖੜਾ ਹੋ ਜਾ ਹਾਂਜੀ ਤੇਰਾ ਐਡਾ ਸੋਹਣਾ ਸਰੀਰ ਹੈ ਕੀ ਪਿਆ ਵਾਰਾ ਕਰਦੀਆਂ ਚ ਮਿਹਨਤ ਮਜ਼ਦੂਰੀ ਕਰਿਆ ਕਰ ਤੇ ਰੋਟੀ ਖਾਇਆ ਕਰ ਚੱਲ ਕਰ ਆਪਣੇ ਘਰੇ ਜੀ ਆਪਣਾ ਤਾਂ ਇਹੀ ਘਰ ਹੈ ਜੀ ਆਪਣਾ ਚੰਗਾ ਜੀ ਲੱਗਿਆ ਜੀ ਮੈਂ ਜਾਂਦਾ ਤੂੰ ਹਾਂ ਸੱਚੀ ਗੱਲ ਹੈ ਇੱਥੇ ਇੱਥੇ ਤੈਨੂੰ ਅਸੀਂ ਮਿੰਟ ਵੀ ਨਹੀਂ ਰੱਖ ਸਕਦੇ ਚੱਲ ਦਿਖਾਓ ਨਾ ਜੀ ਚੰਗਾ ਰਾਤ ਨੂੰ ਸ਼ੁਗਲ ਕਰੀਦਾ ਸੀ ਜੀ ਗੱਲਾਂ ਬਾਤਾਂ ਕਰੀਆਂ ਸੀ ਜੀ ਮੈਂ ਮੁਸ਼ਕਲ ਇਹ ਮਾਰ ਕੇ ਬਾਹਰ ਕੱਢ ਦਿਓ ਉਹ ਮੈਂ ਕਿਹਾ ਕਮਾਲ ਦੀ ਗੱਲ ਹੈ ਯਾਰ ਕੋਈ ਅੱਗੇ ਤਾਂ ਕਦੇ ਯਾਰ ਕਿਤੇ ਖਿੱਚੀ ਜਾਂਦੇ ਹੋ ਯਾਰ ਉਹ ਕਰਤਾ ਰਿਹਾ ਉਹ ਮਹਿੰਦਰ ਸਿੰਘਾ ਮੈਨੂੰ ਕਿਤੇ ਲੈ ਜਾਂਦੇ ਯਾਰ ਉਹ ਤੋਤਾ ਰਾਮਾ ਤੈਨੂੰ ਤਾਂ ਹਵਾ ਲਾਦਨੇ ਵੀ ਨਾ ਚੱਲਿਆ ਹੁਣ ਤਾਂ ਕੋਈ ਹੋਰ ਠੋਰਾ ਲੱਭ ਠੱਗੀ ਮਾਰੇ ਬਗੈਰ ਲੱਗਦਾ ਗੁਜ਼ਾਰਾ ਮੁਸ਼ਕਲ ਹੋ ਜੂ ਬਾਕੀ ਤੂੰ ਆਪੇ ਦੇਖ ਲਈ ਹੋਰ ਜੇ ਕੁਝ ਕਰ ਲੂ ਫਿਰਦਾ ਤਾਂ ਟੋਏ ਟਿੱਬੇ ਭਗਤਾ ਤੇਰੀ ਕਿਸਮਤ ਟੋਏ ਟਿੱਬੇ ਬਹੁਤ ਹੈ ਖਾਣ ਨੂੰ ਕੀ ਲਿਆਇਆ ਪੰਡਿਤ ਜੀ ਆਲੂ ਪਕੌੜੇ ਵਾਹ ਵਾਹ ਇਹ ਵੀ ਖਾ ਲਾਂਗੇ ਬੇਟਾ ਇਹ ਵੀ ਖਾ ਲਾਂਗੇ ਇਹਨੂੰ ਇੱਧਰ ਰੱਖ ਲੈਨੇ ਆ ਰਾਹੂ ਮਾਰਿਆ ਥਾ ਕੇਤੂ ਮਾਰਿਆ ਥਾ ਥਾ ਠੀ ਬਦਾਮ ਰੋਗਨ ਪੀ ਭਗਤਾ ਇੱਕ ਕਿਲੋ ਬਦਾਮ ਰੋਗਨ ਲੈ ਕੇ ਨਾ ਅੱਛਾ ਜੀ ਭਗਵਾਨ ਮੇਰੇ ਅੰਦਰ ਵਿਰਾਜਮਾਨ ਹੋ ਕੇ ਬਦਾਮ ਰੋਗਨ ਪੀਣਗੇ ਉੱਤਰ ਉੱਤਰ ਦੇ ਬਾਅਦ ਕੀ ਹੁੰਦਾ ਦੱਖਣ ਦੱਖਣ ਇੱਕ ਕਿਲੋ ਲਈ ਮੱਖਣ ਭਗਵਾਨ ਮੇਰੇ ਅੰਦਰ ਵਿਰਾਜਮਾਨ ਹੋ ਕੇ ਮੱਖਣ ਖਾਣਗੇ ਤੇ ਖੇਡਾਂ ਕਰਨਗੇ ਜਾ ਭਗਤਾ ਜਾ ਆ ਭਗਤਾ ਕੀ ਹੈ ਮੈਂ ਬੜੂਆ ਸਮਝਿਆ ਸੀ ਇਹਦੇ ਨਾਲ ਹੀ ਕੰਮ ਚੱਲੂਗਾ ਜਾਂ ਭਗਤਾਂ ਤੇ ਸਾਰੇ ਕੰਮ ਪੂਰੇ ਹੋ ਜਾਣਗੇ ਆ ਜਾਂਦਾ ਵਾ ਕੱਲ੍ਹ ਵੀ ਦੇ ਜਾ ਭਗਤਾਂ ਲੈ ਕਰਨਗੇ ਦੇ ਜਾ ਬੰਦਾ ਜਾ 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 ਭਗਤਾ ਵਾਹ ਤੇਰੇ ਭਗਤਾ ਓਏ ਆ ਕਿਹੜਾ ਆ ਗਿਆ ਗੰਢ ਦਾ ਪੂਰਾ ਓਏ ਪੰਬਲ ਪੂਸਿਆਂ 'ਚ ਪੜਕਦੇ ਆ ਭਗਤਾ ਕਿੱਧਰ ਜਾਂਦਾ ਇੱਧਰ ਆ ਦੇਖਾਂ ਤੇਰੀ ਕਿਸਮਤ ਦੀ ਰੇਖ ਐਸੀ ਠੋਕੂ ਰੇਖ 'ਚ ਮੇਖ ਮਿਟ ਜਾਣਗੇ ਕਸ਼ਟ ਕਲੇਸ਼ ਯੂਯਮ ਤਤਵਮ ਨਾ ਬੋਧਤਾ ਅਹਾਂ ਪ੍ਰਾਤੋ ਸ਼ਾਮੀ ਵਿਪ੍ਰਕੋਪ ਖੰਨਤੀ ਤਨ ਮਹਾਰਾਜ ਤਨ ਮਹਾਰਾਜ ਮਹਾਰਾਜ ਮੈਂ ਬਹੁਤ ਦੁਖੀ ਹਾਂ ਮਹਾਰਾਜ ਮੇਰੇ ਤੇ ਕਰਮ ਕਰੋ ਉਹ ਭਗਤਾ ਉਹ ਕਰਮ ਕਰਨ ਵਾਸਤੇ ਤਾਂ ਅਸੀਂ ਪੈਦਾ ਹੋਏ ਹੈ ਪਰ ਪਹਿਲਾਂ ਤੂੰ ਸਾਡੀ ਤਲੀ ਤੇ ਚਾਂਦੀ ਦਾ ਰੁਪਇਆ ਰੱਖ ਹੈ ਚਾਂਦੀ ਦਾ ਰੁਪਇਆ ਉਹ ਭਗਤਾ ਗਰਮ ਕਿਉਂ ਹੁੰਦਾ ਠੰਡਾ ਰਹਿ ਮੈਂ ਤੇ ਤੂੰ ਚਾਂਦੀ ਦਾ ਰੁਪਇਆ ਮੰਗਿਆ ਕੋਈ ਡੋਲਾ ਤਾਂ ਨਹੀਂ ਮੰਗਿਆ ਅੱਛਾ ਪੰਡਿਤ ਜੀ ਅੱਗੇ ਵੇਖੋ ਬੋਲੋ ਪੰਡਿਤ ਜੀ ਓਮ ਭੂਰ ਭੁਆ ਸਵਾਇ ਤਤ ਸਵਿੱਤਰ ਵਿਰੇਨੀਅਮ ਭਰਗੋ ਦਿਵਸਿਆ ਧੀਮਈ ਧੀਓ ਯੋ ਨਾ ਪ੍ਰਚੋਦਿਆ ਧੀਓ ਯੋ ਨਾ ਪ੍ਰਚੋਦਿਆ ਧੀਓ ਯੋ ਨਾ ਪ੍ਰਚੋਦਿਆ ਭਗਤਾ ਉਹ ਭਗਤਾ ਉਹ ਪੰਡਿਤ ਜੀ ਭਗਤਾ ਤੇ ਭਗਤਾ ਪਹਿਲਾਂ ਲਕਸ਼ਮੀ ਦਰਸ਼ਨ ਤਾਂ ਕਰਾ ਕਰ ਲੈ ਕਰ ਲੈ ਭਗਤਾ ਕੁੱਟ ਲੈ ਓਏ ਭਗਤਾ ਇਹ ਦਕਸ਼ਨਾ ਕੋਈ ਲਾਜ ਨਹੀਂ ਭਗਤਾ ਲੈ ਭਗਤਾ ਤੈਨੂੰ ਤਿੰਨ ਗੱਲਾਂ ਦੱਸਾਂਗੇ ਜਿਹਦੇ ਨਾਲ ਅਸੀਂ ਚੰਗਾ ਖਾਂਦੇ ਹੈ ਚੰਗਾ ਪਹਿਨਦੇ ਹੈ ਤੇ ਮੰਦਾ ਬੋਲਦੇ ਹੈ ਭਗਤਾ ਲੈ ਭਗਤਾ ਪਹਿਲੀ ਗੱਲ ਤਾਂ ਇਹ ਹੈ ਜਿਹੜੀ ਗੱਲ ਅਸੀਂ ਤੈਨੂੰ ਦੱਸੀਏ ਨਾ ਉਹ ਕਿਸੇ ਨੂੰ ਦੱਸੀ ਨਾ ਅੱਛਾ ਦੂਜੀ ਗੱਲ ਇਹ ਹੈ ਜੇ ਅਸੀਂ ਤੈਨੂੰ ਕੋਈ ਹੋਰ ਗੱਲ ਦੱਸੀਏ ਤਾਂ ਅਸੀਂ ਬੰਦੇ ਦੇ ਪੁੱਤ ਨਹੀਂ ਠੀਕ ਹੈ ਜੀ ਤੇ ਤੀਜੀ ਗੱਲ ਇਹ ਹੈ ਜੇ ਸਾਥੋਂ ਤੂੰ ਕੋਈ ਹੋਰ ਗੱਲ ਪੁੱਛੇ ਤਾਂ ਤੂੰ ਬੰਦੇ ਦਾ ਪੁੱਤ ਨਹੀਂ ਠੀਕ ਹੈ ਜੀ ਓਏ ਠੱਗੀ ਓਏ ਠੱਗਾ ਓਏ ਫੇਰ ਠੱਗੀ ਮਾਰੀ ਜਾਂਦੇ ਓਏ ਕਿੱਥੋਂ ਆ ਗਿਆ ਉਹ ਕਿੱਥੋਂ ਆ ਗਿਆ ਮਰ ਗਏ ਓ ਠੱਗਾ ਓ ਜਵਾਨ ਤੂੰ ਇਸੇ ਹੌਸਲ 'ਚ ਰਹਿਣਾ ਹੈ ਓ ਮੈਂ ਕਿਹਾ ਸੁਣਦਾ ਨਹੀਂ ਬੋਲਾ ਹੈ ਤੂੰ ਇਸੇ ਹੌਸਲ 'ਚ ਰਹਿਣਾ ਹੈ ਜੀ
मैं इस हॉस्टल च नहीं रहती, मैं कॉलेज पढ़ती हाँ। पढ़ती हाँ? हाँ। तू कुड़ी है मुंडा नहीं? जी जी अंकल तुहानू भुलेखा लगे है। यस यस आई एम इन द भुलेखा। कुड़िए ए दस के मुंडा प्रीतम केड़े कमरे च रहंदा है? प्रीतम ओ इधर दे पांच कमरे छड़ के छेवें च रहंदा है। छेवें कमरे हला हला ਤੁਸੀਂ ਪ੍ਰੀਤਮ ਦੇ ਫਾਦਰ ਹੋ? ਹੋਰ ਕੀ, ਮੈਂ ਤੁਹਾਨੂੰ ਉਹਦੀ ਮਦਰ ਦਿਸਣਾ ਵਾ। ਓ ਆਈ ਐਮ ਹਿਜ਼ ਰੀਅਲ ਫਾਦਰ, ਅੰਡਰਸਟੈਂਡ? ਹਾਂ ਅੱਛਾ, ਰੀਅਲ ਫਾਦਰ। ਆਹੋ ਦੈਨ ਬੀ ਰੀਅਲ। ਓਕੇ ਬਾਏ ਬਾਏ। ਇਹ ਕੀ ਭਾਈ? ਲਾ ਭਾਈ ਇਹਨੂੰ ਕੌਣ ਕੁੜੀ ਕਹੇਗਾ? ਕਿਉਂ ਬਜ਼ੁਰਗੋ, ਵੇਖ ਲਿਆ ਨਾ ਅੱਖੀ, ਆਇਆ ਪਿਆ ਨਾ ਕਲਯੁਗ। ਆਹੋ ਭਾਈ ਸੱਚਮੁੱਚ ਕਲਯੁਗ ਆ ਗਿਆ ਹੈ, ਪਰ ਤੂੰ ਤਾਂ ਮੈਨੂੰ ਮੁੰਡਾ ਹੀ ਦਿਸਦਾ ਹੈ। ਚਲ ਮੈਨੂੰ ਪ੍ਰੀਤਮ ਦੇ ਕਮਰੇ ਤੱਕ ਛੱਡ ਕੇ ਆ ਜਾ। ਚਲੋ ਬਜ਼ੁਰਗ ਲੈ ਚੱਲ ਲਿਆ। ਚੱਲ ਭਾਈ ਚਲੋ ਆ ਜਾ। ਪ੍ਰੀਤਮ ਤੇਰੇ ਫਾਦਰ ਸਾਹਿਬ ਆਏ ਨੇ। ਬਾਪੂ ਤੁਸੀਂ? ਆਹੋ ਪੁੱਤਰਾ ਮੈਂ, ਪਰ ਆ ਦੱਸ ਤੂੰ ਤਾਂ ਸੁਖੀ ਹੈ ਨਾ? ਕਿਉਂ, ਤੁਹਾਨੂੰ ਕੋਈ ਸ਼ੱਕ ਹੈ? ਖੈਰ ਛੱਡੋ, ਪਿੰਡ ਦਾ ਹਾਲ ਕੀ ਦੱਸੋ, ਤੁਸੀਂ ਕਿੱਦਾਂ ਹੈ? ਵੀਰ ਸੱਜਣ ਦਾ ਕੀ ਹਾਲ? ਸਭ ਠੀਕ ਠਾਕ ਹੈ। ਮੈਂ ਸ਼ਹਿਰ ਪੈਨਸ਼ਨ ਲੈਣ ਆਇਆ ਸਾਂ। ਕੀ ਲੈਣ ਆਇਆ ਸੀ? ਪੈਨਸ਼ਨ ਲੈਣ ਆਇਆ ਸਾਂ। ਹਾਂ ਤਾਂ ਇਹ ਮੈਂ ਸੋਚਿਆ ਸਵੇਰ ਤੋਂ ਮੈਨੂੰ ਖੁਰਕ ਕਿਉਂ ਨਹੀਂ? ਹਾਂ ਮੈਂ ਸੋਚਿਆ ਤੁਹਾਨੂੰ ਵੀ ਖਰਚ ਪੱਠਾ ਦੇਈ ਚੱਲਾਂ। ਦੇ ਦੋ ਜਲਦੀ ਕਰ। ਲੈ ਨੋਟ 100 ਦਾ, 99 ਮੈਨੂੰ ਦੇ ਦੇ ਤੇ ਰੁਪਈਆ ਤੂੰ ਰੱਖ ਲੈ। ਉਹ ਕਿਉਂ ਬਾਪੂ, ਚੰਗਾ ਹੁੰਦਾ ਤੁਸੀਂ ਮੈਨੂੰ ਕੁਝ ਦਿੰਦੇ ਨਾ। ਹਲਾ ਤੇ ਲੈ ਫਿਰ ਸਾਡੀ ਦਰਿਆ ਦਿਲੀ ਵੀ ਵੇਖ ਲੈ, 99 ਤੂੰ ਰੱਖ ਲੈ ਤੇ ਰੁਪਈਆ ਮੈਨੂੰ ਦੇ ਦੇ। ਉਹ ਰੁਪਿਆ ਕਿਹਦੇ ਵਾਸਤੇ ਬਾਪੂ? ਉਹ ਬਸ ਦਾ ਭਾੜਾ। ਅੱਛਾ ਅੱਛਾ ਬਾਪੂ, ਤੁਸੀਂ ਕਿੰਨੇ ਚੰਗੇ ਹੋ, ਤੁਸੀਂ ਅੱਜ ਤੱਕ ਸਾਡੇ ਕੋਲ ਕੁਝ ਲੁਕਾਇਆ ਨਹੀਂ ਰੱਖਿਆ। ਆ ਪੁੱਤਰਾ, ਮੇਰੀ ਜ਼ਿੰਦਗੀ ਤੁਹਾਡੇ ਤੇ ਦੇਸ਼ ਲਈ ਹੈ। ਜਵਾਨੀ 'ਚ ਦੇਸ਼ ਦੀ ਸੇਵਾ ਕੀਤੀ ਤੇ ਬੁਢਾਪੇ 'ਚ ਖੇਤ ਦੀ ਸੇਵਾ ਕਰਕੇ ਦੇਸ਼ ਦੇ ਭੰਡਾਰੇ ਭਰ ਰਿਹਾ। ਬਾਪੂ ਜੀ, ਮੇਰੀ ਵੀ ਖੁਆਇਸ਼ ਹੈ ਕਿ ਮੈਂ ਪੜ੍ਹਾਈ ਖਤਮ ਕਰ ਦੇਈ, ਆਰਮੀ ਵਿੱਚ ਕਮਿਸ਼ਨ ਲੈ ਲਵਾਂ। ਸ਼ਾਬਾਸ਼ ਪੁੱਤਰਾ ਸ਼ਾਬਾਸ਼, ਤੂੰ ਮੇਰੇ ਦਿਲ ਦੀ ਗੱਲ ਬੁੱਝ ਲਈ। ਮੈਂ ਵੀ ਇਹੋ ਚਾਹੁੰਦਾ ਸਾਂ, ਮੇਰਾ ਪੁੱਤਰ ਇੱਕ ਕਿਸਾਨ ਬਣੇ, ਦੂਜਾ ਫੌਜੀ ਜਵਾਨ। ਜੈ ਕਿਸਾਨ ਜੈ ਜਵਾਨ। ਆਏ ਹਾਏ, ਬੰਦਾ ਕੱਦ ਤੋਂ ਮਾਰ ਖਾ ਗਿਆ, ਵੇਖਣ ਨੂੰ ਰੂਹ ਵਾਲਾ ਲੱਗਦਾ, ਸ਼ਾਇਦ ਇਹ ਫੌਜਾ ਸਿੰਘ ਹੋਵੇ। ਚਲ ਗੱਲ ਕਰਕੇ ਤਾਂ ਵੇਖੀਏ, ਫੌਜੀਆਂ ਨੂੰ ਪਰਖਣਾ ਕਿਹੜਾ ਔਖਾ ਹੈ। ਟੈਨਸ਼ਨ ਫੌਜਾ ਸਿੰਘ ਜੀ ਸਲੂਟ ਮਾਰਦੇ ਆ। ਭਾਈ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਹੈ ਕਿ ਮੈਂ ਫੌਜਾ ਸਿੰਘ ਹਾਂ? ਤੂੰ ਮੈਨੂੰ ਕੋਈ ਜੋਸ਼ ਹੀ ਦਿਸਦਾ ਹੈ। ਉਹ ਮਹਾਰਾਜ, ਮੇਰੇ ਨਾਲੋਂ ਵੱਡੇ ਦਾ ਤੁਸੀਂ ਜੋਸ਼ੀ ਹੋ, ਜਿਨ੍ਹਾਂ ਨੇ ਇਹ ਪੁੱਛ ਲਿਆ ਕਿ ਮੈਂ ਜੋਸ਼ੀ ਹਾਂ। ਅਸੀਂ ਤਾਂ ਕਦੇ ਕਦੇ ਐਸੀ ਰੇਖ ਮੇਖ ਮਾਰਦੇ ਹਾਂ ਕਿ ਮੇਖ ਨਿਕਲਣੀ ਮੁਸ਼ਕਲ ਹੋ ਜਾਂਦੀ ਹੈ। ਹਲਾ ਤੇ ਲੈ ਮੇਰੀ ਰੇਖ 'ਚ ਮੇਖ ਮਾਰ, ਓਏ ਦੱਸ ਮੇਰੇ ਭਾਗਾਂ 'ਚ ਕੀ ਲਿਖਿਆ ਹੈ। ਬੱਲੇ, ਉਹ ਮਹਾਰਾਜ ਤੁਸੀਂ ਤਾਂ ਵੱਡੇ ਮਹਾਂਪੁਰਸ਼ ਹੋ। ਬੱਲੇ ਬੱਲੇ, ਇੰਨੀਆਂ ਲੈਣਾ ਜਿਵੇਂ ਬਠਿੰਡੇ ਦਾ ਜੰਕਸ਼ਨ ਹੋਵੇ। ਮਹਾਰਾਜ ਇੱਧਰ ਆ ਜਾ, ਇੱਧਰ ਆ ਜਾ ਮਹਾਰਾਜ। ਬੱਲੇ ਬੱਲੇ ਬੱਲੇ, ਰਾਹੂ ਦੇ ਘਰੇ ਬੈਠਾ ਕੇਤੂ, ਕੇਤੂ ਗਾਂ ਬੈਠਾ ਸ਼ਨੀ ਦੇ ਘਰੇ, ਸ਼ਨੀ ਗਾਂ ਬੈਠਾ ਸ਼ੁਕਰ ਦੇ ਘਰੇ, ਸ਼ੁਕਰ ਗਾਂ ਬੈਠਾ। ਬਸ ਕਰ ਬਸ ਕਰ ਬਸ ਕਰ, ਉਹ ਕੋਈ ਆਪਣੇ ਘਰ ਵੀ ਬੈਠਾ ਹੈ ਕਿ ਇੱਕ ਦੂਜੇ ਦੇ ਘਰ 'ਚ ਬੜੀ ਬੈਠਣ? ਕੋਈ ਕੰਮ ਦੀ ਗੱਲ ਵੀ ਦੱਸ ਫੌਜੀਆ। ਹਾਂ ਤੂੰ ਮੁੰਡਿਆਂ 'ਚ ਮੁੰਡਾ, ਬੁੜਿਆ 'ਚ ਬੁੜਾ, ਪੂਰਾ ਪੱਲਾ, ਪਰ ਉੱਠਦੀ ਪੂਛ ਵਾਂਗੂ ਕੱਲਾ। ਉਹ ਤੂੰ ਕੀ ਕਹਿੰਦਾ ਹੈ? ਉਹ ਮੇਰੇ ਤੇ ਦੋ ਗੱਭਰੂ ਪੁੱਤ ਹੈਗੇ ਨੇ। ਹਾਂ ਉਹ ਮੈਂ ਦੱਸਣ ਲੱਗਿਆ ਸੀ। ਲਿਖਿਆ ਹੈ? ਹਾਂ, ਪਰ ਤੇਰੇ ਕਰਮਾਂ 'ਚ ਹਲੇ ਇੱਕ ਪੁੱਤ ਹੋਰ ਹੈ। ਹੋਰ ਹੈ? ਤੇ ਉਹ ਵੀ ਵਿਆਹ ਤੋਂ ਬਗੈਰ। ਬਗੈਰ ਵਿਆਹ ਤੋਂ? ਹਾਂ ਉਹ ਪੁੱਤ ਕਿਹਦਾ ਹੋਇਆ, ਉਹ ਤੇ ਘੜੁੱਤ ਹੋਇਆ।
ਕੁੜਤ? ਆਹੋ, ਇਹ ਕੁੜਤ ਕੀ ਹੁੰਦਾ? ਅੱਲਾ ਗੱਲ ਸੁਣ, ਗੱਲ ਸੁਣ। ਹਾਂ, ਅਗਰ ਤੇਰਾ ਪਿਓ ਜਾਏ ਮਰ, ਅੱਛਾ, ਤੇ ਤੇਰੀ ਮਾਂ ਮੈਨੂੰ ਲੈ ਕਰ, ਅੱਛਾ, ਤੇ ਤੂੰ ਮੇਰਾ ਪੁੱਤ ਹੋਇਆ ਨਾ, ਹਾਂ, ਅਸੀਂ ਉਸ ਪੁੱਤ ਨੂੰ ਕੁੜਤ ਕਹਿੰਦੇ ਆ। ਫੌਜੀਆ, ਤਾਂ ਮੈਂ ਤੇਰਾ ਕੁੜਤ ਬਣਨਾ ਆ ਯਾਰ। ਅੱਲਾ, ਆ ਫਿਰ ਮੇਰੇ ਗਲੇ ਲੱਗ ਜਾ ਮੇਰਾ ਪੁੱਤ। ਹਾਂ, ਮਿਲਦਾ ਲੰਡਨ ਗੁਣ। ਤੇ ਦੇਵੀਓ, ਹੁਣ ਤੁਹਾਡੇ ਸਾਹਮਣੇ ਸਾਡੇ ਕਾਲਜ ਦੇ ਵਿਦਿਆਰਥੀ ਪ੍ਰੀਤਮ ਤੇ ਉਸਦੇ ਸਾਥੀ ਪੰਜਾਬ ਦੀ ਪ੍ਰਸਿੱਧ ਲੋਕ ਗਾਥਾ ਹੀਰ ਰਾਂਝਾ ਤੇ ਅਧਾਰਤ ਇਹ ਗੀਤ ਪੇਸ਼ ਕਰਨਗੇ। ਇਹ ਉਸ ਸਮੇਂ ਦੀ ਗੱਲ ਹੈ ਜਦ ਹੀਰ ਖੇੜਿਆਂ ਦੀ ਡੋਲੀ ਚੜ ਸਹੁਰੀ ਚਲੀ ਜਾਂਦੀ ਹੈ ਤੇ ਰਾਂਝਾ ਉਸਦੇ ਵਿਛੋੜੇ ਦੇ ਦਰਦ ਵਿੱਚ ਕੁਰਲਾਉਂਦਾ ਹੈ। ਰੱਬ ਰਾਖਾ ਉਤੋਂ ਬੁਰਾ ਜੁਦਾਈ ਦਾ ਦੁਖੀ ਉਹ ਜਿੰਨਾ ਹੇਠ ਬਹਿ ਕੇ ਮੌਜਾਂ ਮਾਣਿਆ ਸੀ ਮੈਨੂੰ ਵੇਖ ਕੇ ਰੋਂਦੇ ਲੈ ਰੁਕ ਗਈ Thank you.
यार प्रीतम आई तक कमाल कर देती आई लोग की झूमट है स्वाद आ गया स्वाद प्रीतम प्रीतम हम अंजुनु गुंडे चुके लेंगे प्रीतम कौन भाग लेंगे पता नहीं उधर गए चल ना छेती कर चल जल्दी कर चलो, अंजू चल चलिए सर्दी पीने ना आवे चढ़ा दे करे दो दो चकियां बल्ले आपा जी कौन हो महाराज कितों आए किवें आए कातों आए दस दस ਇਹਨੂੰ ਅੰਦਰ ਲੈ ਚਲੋ ਮੋਤੀਆਂ ਦੀ ਸਰਕਾਰ ਆਪਣੇ ਘਰੇ ਪਹੁੰਚੋ ਪੰਬਲ ਭੂਸੇ ਨਾ ਪਾਓ ਇਹ ਘਰ ਹੈ ਕੋਈ ਸਰਾਹ ਨਹੀਂ ਇਹ ਸਰਾਹ ਨਹੀਂ ਤਬੇਲਾ ਹੈ ਤਬੇਲਾ ਤਾਂ ਇਹ ਤੇ ਬਾਪੂ ਨੇ ਤੇਰੇ ਵਰਗੇ ਖੋਤੇ ਬੰਨ ਰੱਖੇ ਲਓ ਇੱਕ ਹੋਰ ਆ ਗਿਆ ਬਾਪੂ ਦਾ ਨਵਾਂ ਪੁੱਤ ਓਏ ਵਾਹ ਬਾਪੂ ਅਖੜਾ ਪੂਆ ਤੂੰ ਵੀ ਅਜੀਬ ਹੀ ਹੈ ਇੱਟ ਪੁੱਟ ਦਾ ਪੁੱਤ ਨਿਕਲ ਆਉਂਦਾ ਹੈ ਉਹ ਇੱਟ ਪੁੱਟਣ ਦੀ ਕੀ ਲੋੜ ਹੈ
ਪੁੱਤ ਤੇ ਇੱਟ ਤੇ ਬੈਠਾ ਹੁੰਦਾ ਹੈ। ਓਏ ਉਹ ਪੁੱਤ ਕਦੋਂ ਆਇਆ? ਜੁਦਰੋ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਬਾਪੂ ਮੈਂ ਤੇ ਸਮਝਿਆ ਸੀ ਮੈਂ ਕਿਸੇ ਹੋਰ ਘਰ ਚ ਵੜਾ ਹੈ, ਪਰ ਬਾਪੂ ਆਪ ਪੰਛੀ ਕੌਣ ਹੈ? ਓ ਪੰਛੀ ਇਹ ਤੋਤਾ ਰਾਮ। ਅੱਛਾ, ਤੇਰੇ ਅਸਲੀ ਪਿਓ ਦਾ ਨਕਲੀ ਪੁੱਤ। ਬਾਪੂ ਮੈਂ ਚਲਿਆ ਖੇਤਾਂ ਵਿੱਚ। ਕਿੱਥੇ ਰਹੇ? ਅੰਦਰ ਜਾ ਕੱਪੜੇ ਬਦਲ ਤੇ ਨਾਲ ਇਹ ਸੂਟ ਕੇ ਲੈ ਜਾ। ਪਰ ਬਾਪੂ ਚੁੱਪਾ ਖੋਦਰਾ ਪੁੱਤ ਨਾ ਹੋ ਜੇ। ਬਾਪੂ ਮੈਂ ਤਾਂ ਤੁਹਾਡਾ ਹੀ ਪੁੱਤਰ ਹਾਂ। ਵੈਰੀ ਗੁੱਡ ਵੈਰੀ ਗੁੱਡ। ਮੈਂ ਕਿਹਾ ਬਾਪੂ ਭਲਾ ਮੈਂ ਤਾਂ ਤੇਰਾ ਕੜੋਤ, ਇਹ ਤੇਰਾ ਪੁੱਤ, ਅਸਲੀ ਪੁੱਤ ਅਸਲੀ ਪੁੱਤ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਤੂੰ ਤਾਂ ਸਵਾ 5 ਫੁੱਟ ਦਾ, ਇਹ 6 ਫੁੱਟ ਦਾ, ਇਹ ਪੌੜਾ ਫੁੱਟ ਕਿਹਦਾ ਹੈ? ਅਟੈਨਸ਼ਨ ਮਾਂ ਤੇ ਗਿਆ। ਓਏ ਸੱਜਣਾ ਗੱਲ ਸੁਣ, ਮੇਰਾ ਗੱਲ ਸੁਣ, ਇੱਧਰ ਤਾਂ ਪੁੱਤਰਮ ਸਹੀ ਕਹਿੰਦਾ, ਉਹ ਸੱਚ ਹੀ ਕਹਿੰਦਾ ਹੁਣ, ਪਰ ਕੀ ਕਹਿੰਦਾ ਸੀ? ਉਹ ਕਹਿੰਦਾ ਕਿ ਤੇ ਕੁੱਗੀ ਫਾਈ ਹੈ। ਯਾਰ ਗੱਲ ਸੁਣ, ਆ ਖੇਤਾਂ ਚ ਘੁੱਗੀਆਂ ਹੀ ਪਾਣੀਆਂ, ਔਰ ਤੇਰੇ ਮੁੰਗ ਸ਼ਹਿਰ ਵਿੱਚ ਉੱਚੇ ਸੈਂਟ ਲਾਣੀਆਂ ਥੋੜੋ ਮਿਲਦੀਆਂ। ਪਰ ਇਹ ਗੱਲ ਦੱਸ, ਤੂੰ ਸਾਨੂੰ ਆਪਣੀ ਉਹ ਕਦੋਂ ਦਿਖਾਏਗਾ? ਜਦ ਤੂੰ ਦਿਖਾਏਗਾ ਆਪਣੀ ਉਹ। ਮੇਰੇ ਵੱਲ ਕੀ, ਤੂੰ ਅੱਜ ਹੀ ਚੱਲ, ਪਰ ਪਹਿਲਾਂ ਆਪਣੀ ਗੱਲ ਕਰ ਆਪਣੀ। ਯਾਰ ਮੈਨੂੰ ਜ਼ਰਾ ਡਰ ਲੱਗਦਾ। ਕਿਉਂ? ਜੇ ਤੈਨੂੰ ਅਸੀਂ ਦਿਖਾਤੀ ਤੇ ਤੂੰ ਉੱਥੇ ਹੱਥ ਮਾਰ ਲਿਆ ਤੇ ਸਾਡੇ ਵਾਲੀ ਤਾਂ ਗਰੀਮਾਰ ਹੋ ਗਈ ਨਾ ਫੇ। ਯਾਰ ਸਾਡੀ ਨੀਅਤ ਇੰਨੀ ਮਾੜੀ ਤੇ ਨਹੀਂ, ਆਖਿਰ ਉਹ ਸਾਡੀ ਹੋਣ ਵਾਲੀ ਪਾਦੀ ਹੈ। ਪਰ ਹੈ ਕੌਣ, ਕੋਈ ਮੋਟੀ ਅਸਾਮੀ ਫਸਾਈਏ? ਹਾਂ ਯਾਰ, ਬਹੁਤ ਵੱਡੀਆਂ ਮਿਲਖਾਂ ਦੇ ਮਾਲਕ ਦੀ ਧੀ ਹੈ, ਔਰ ਹੈ ਵੀ ਕੱਲੀ ਕੱਲੀ, ਤੇ ਜ਼ਮੀਨ ਜਾਇਦਾਦ ਵੀ ਬੜੀ ਹੈ। ਸੱਚ? ਹਾਂ, ਫਿਰ ਤਾਂ ਬਹੁਤ ਹੀ ਵਧੀਆ ਗੱਲ ਹੈ। ਤੂੰ ਮੇਰੀ ਗੱਲ ਸੁਣ, ਤੂੰ ਛੇਤੀ ਨਾਲ ਵਿਆਹ ਕਰਾ ਲੈ, ਪਤਾ ਨਹੀਂ ਕੋਈ ਹੋਰ ਰਾਜ ਰੋੜਾ ਨਾ ਅਟਕਾ ਦੇ। ਉਹ ਜਦ ਮੀਆਂ ਬੀਬੀ ਰਾਜੀ ਤਾਂ ਕੀ ਕਰੂਗਾ ਕਾਜੀ, ਰਸਤੇ 'ਚ ਰੋੜੇ ਤਾਂ ਬਹੁਤ ਹੈ, ਪਰ ਆਪਣੇ ਆਪ ਪਾਸੇ ਹਟ ਜਾਣਗੇ। ਫਿਰ ਵੀ ਛੇਤੀ ਛੇਤੀ ਵਿਆਹ ਕਰਾ ਲੈ, ਇੱਥੇ ਕਿਸੇ ਦਾ ਕੋਈ ਭਰੋਸਾ ਨਹੀਂ, ਸਮਝਿਆ? ਨਹੀਂ ਸੱਜਣਾ, ਸਾਡਾ ਜੋਗੀਆਂ ਦਾ ਕੋਈ ਭਰੋਸਾ ਨਹੀਂ, ਅਸੀਂ ਹਾਂ ਵਗਦੇ ਪਾਣੀ, ਅੱਜ ਇਸ ਕੰਢੇ, ਕੱਲ ਪਤਾ ਨਹੀਂ ਕਿਸ ਕੰਢੇ। ਮੈਂ ਤੈਨੂੰ ਕਿਵੇਂ ਦੱਸਾਂ, ਮੈਂ ਕਿਵੇਂ ਨਜ਼ਰਾਂ ਦੇ ਪਹਿਰੇ ਚੀਰ ਕੇ ਤੈਨੂੰ ਮਿਲਣ ਆਈ ਆ। ਸਹਿਦਾ, ਤੇਰੇ ਸਿੱਧ ਨੇ ਤੇ ਸੋਹਣੀ ਤੇ ਸਹਿਬਾਂ ਨੂੰ ਵੀ ਮਾਤ ਪਾ ਦਿੱਤਾ ਹੈ, ਤੂੰ ਮੇਰੇ ਦਿਲ ਦੀ ਰਾਣੀ ਹੈ। ਸੋਚਣਾ, ਮੈਂ ਡਰਦੀ ਆ ਕਿਤੇ ਪੈਸਾ ਮੇਰੇ ਪਿਆਰ ਤੇ ਕਬਜ਼ਾ ਨਾ ਕਰ ਲੈ। ਸਹਿਦਾ, ਤੂੰ ਯਕੀਨ ਰੱਖ, ਰਸਤੇ 'ਚ ਕੋਈ ਵੀ ਔਕੜ ਕਿਉਂ ਨਾ ਆਵੇ, ਮੈਂ ਤੇਰਾ ਸਾਥ ਨਹੀਂ ਛੱਡਾਂਗਾ। ਸੁਣ ਮੇਰੇ ਦਿਲ ਦੀ ਧੜਕਣ, ਸੁਣ ਮੇਰਾ ਧੱਕ 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 ਦਿਲ ਧੜਕ ਰਿਹਾ, ਮੇਰਾ ਇੰਜ ਇੰਜ ਕਰਦਾ ਇੰਜ ਮਿੱਤਰਾ।
ਹੋ
ਸੰਤਾ ਸਾਹਿਬਾਂ ਦੇ ਬਾਰੇ ਕੋਈ ਨਾ ਕੋਈ ਫੈਸਲਾ ਹੋਣਾ ਹੀ ਚਾਹੀਦਾ ਗੁਰਨਾਥ। ਇਹ ਸਾਡੇ ਵਾਸਤੇ ਡੁੱਬਣ ਦੀ ਗੱਲ ਹੈ। ਹੁਣ ਪਾਣੀ ਸਿਰ ਦੇ ਉੱਤੋਂ ਦੀ ਲੰਘ ਗਿਆ, ਪਰ ਗੁਰੂ ਨਾਥ ਉਸ ਤੋਂ ਪਹਿਲਾਂ ਕਿ ਪਾਣੀ ਸਾਡੀ ਇੱਜ਼ਤ ਨੂੰ ਹੜ ਬਣ ਕੇ ਰੁੜਾਲ ਜਾਵੇ, ਇਸ ਦਾ ਕੁਝ ਨਾ ਕੁਝ ਤੁਹਾਨੂੰ ਕਰਨਾ ਹੀ ਪਊਗਾ। ਮੰਗਲ ਨਾਥ, ਤੂੰ ਆਪਣੀ ਲੜਕੀ ਸਾਹਿਬਾਂ ਨੂੰ ਸਮਝਾਏਗਾ ਕਿ ਨਹੀਂ ਕਿ ਅਸੀਂ ਕਬੀਲੇ ਦਾ ਫੈਸਲਾ ਦੇਈਏ? ਮੈਂ ਬਹੁਤ ਸ਼ਰਮਸਾਰ ਹਾਂ ਗੁਰੂ ਨਾਥ, ਤੁਸੀਂ ਜੋ ਚਾਹੋ ਕਰੋ। ਕਬੀਲੇ ਨੇ ਬਹੁਤ ਸਮਾਂ ਦਿੱਤਾ, ਪਰ ਸਾਹਿਬਾਂ ਆਪਣੇ ਆਪ ਨੂੰ ਸੁਧਾਰ ਨਾ ਸਕੀ। ਹੁਣ ਕਬੀਲੇ ਦਾ ਹੁਕਮ ਹੈ ਕਿ ਸਾਹਿਬਾਂ ਤੇ ਕੜੀ ਨਜ਼ਰ ਰੱਖੀ ਜਾਵੇ ਤੇ ਕੱਲ੍ਹ ਸੂਰਜ ਦੀ ਪਹਿਲੀ ਕਿਰਨ ਨਾਲ ਡੇਰਾ ਕੂਚ ਕੀਤਾ ਜਾਵੇ। ਬੈਠੀ ਰੋਏਗੀ ਟਿੱਲੇ ਚ ਬੁੱਲ ਕਰਕੇ, ਬੈਠੀ ਰੋਏਗੀ
ਉਹ ਬੈਠੀ ਰੋਏਗੀ ਟਿੱਲੇ ਚ ਪੁੱਲ ਕਰਕੇ ਤੇ ਅੱਗੇ ਮੈਂ ਗੱਲ ਪੁੱਲ ਗਿਆ ਕਾਟੋ ਹਟ ਪਿੱਛੇ ਕਿਉਂ ਕੀ ਪਟਾਕਾ ਪੈ ਗਿਆ ਕਿਵੇਂ ਪੈਂਚਰ ਦਾ ਹੋਇਆ ਪਿਆ ਤੈਨੂੰ ਮਜ਼ਾਕ ਸੋਚਦੇ ਨੇ ਮੇਰੀ ਦੁਨੀਆ ਉੱਜੜ ਗਈ ਉਹ ਕਿਹੜੀ ਬੰਬ ਬੋਲ ਗਈ ਤੇਰੀ ਇਹ ਜੀ ਕਿਹੜੀ ਦੁਨੀਆ ਸੀ ਜਿਹੜੀ ਉੱਜੜ ਗਈ ਯਾਰ ਦੁਨੀਆ ਬਣਤੀਆਂ ਬਜਾਈ ਜਾਂਦੀ ਹੈ ਮੈਂ ਬਰਬਾਦ ਹੋ ਗਿਆ ਤੋਤਿਆ ਮੈਂ ਬਰਬਾਦ ਹੋ ਗਿਆ ਓਏ ਵਾਹ ਓਏ ਵੱਡੇ ਭਾਈ ਤੂੰ ਮਰੂ ਮਰੂ ਕਿਉਂ ਕਰੀ ਜਾਂਦਾ ਅਸਲੀ ਗੱਲ ਦੱਸਗਾ ਤੂੰ ਦੱਸਦਾ ਕਿਉਂ ਨਹੀਂ ਦੱਸਦਾ ਸੀ ਯਾਰ ਉਹ ਸੈਦਾਂ ਨੂੰ ਪਤਾ ਨਹੀਂ ਕਿੱਥੇ ਲੈ ਗਏ ਤੇ ਮੈਂ ਸੈਦਾਂ ਬਗੈਰ ਜੀ ਨਹੀਂ ਸਕਦਾ ਉਹ ਜਿਉਂ ਤਾਂ ਤੋਤਾ ਵੀ ਨਹੀਂ ਮੈਂ ਬਗੈਰ ਸਕਦਾ ਪਰ ਦਿਨ ਕੜੀ ਤਾਂ ਕਰਨੀ ਪੈਂਦੀ ਹੈ ਤੂੰ ਦਿਨ ਕੱਟੀ ਕਰ ਸਕਦਾ ਪਰ ਮੈਂ ਸੈਦਾਂ ਬਗੈਰ ਨਹੀਂ ਰਹਿ ਸਕਦਾ ਤੇ ਫਿਰ ਤੋਤਾ ਕਿਸ ਮਰਜ਼ੀ ਤੋਂ ਹੈ ਤੇ ਹੁਕਮ ਤੇ ਮਾਰਾ ਉਡਾਰੀ ਤੇ ਲੱਭ ਕੇ ਲਿਆਵਾਂ ਸੈਦਾਂ ਚਾਂਦਰਾਂ ਵਾਲੀ ਸੱਚੀ ਤੂੰ ਜਾਏਗਾ ਮੈਂ ਤਾਂ ਜਾਊਂ ਫਕ ਫਕ ਕਰਦਾ ਫਕ ਫਕਾ ਕਿਦਮ ਫਕ ਫਕਾ ਬਿਲਕੁਲ ਠੀਕ ਗੋਗਿਆ ਬਿਲਕੁਲ ਠੀਕ ਜਿਹੜੀ ਪੱਥਰ ਦੀ ਕੰਧ ਮੇਰੇ ਤੇ ਸੈਦਾਂ ਵਿਚਕਾਰ ਬਣ ਚੱਲੀ ਸੀ ਉਹ ਹੁਣ ਬਿਲਕੁਲ ਮਲੀਆ ਮੇਟ ਹੋ ਗਈ ਕਿਹੜੀ ਪੱਥਰ ਦੀ ਕੰਧ ਬਾਦਸ਼ਾਹ ਉਹ ਤਾਂ ਇੱਕ ਰੇਤ ਦੀ ਟੀਰੀ ਸੀ ਜਰਾ ਜੀ ਹਵਾ ਵੱਗੀ ਤਾਂ ਉੱਡ ਗਈ ਪਰ ਜੇ ਉਹ ਛੋਕਰਾ ਹੁਣ ਇੱਥੇ ਆ ਗਿਆ ਚੁਗਨਨਾਥ ਇੱਥੋਂ ਉਸਦੀ ਲਾਸ਼ ਹੀ ਜਾਏਗੀ ਤੂੰ ਇਹ ਤਾਂ ਬੰਬ ਲਾਈ ਪਈ ਆ ਕੁੜੀਆਂ ਹੀ ਕੁੜੀਆਂ ਇਹ ਤਾਂ ਬਹਿ ਜਾ ਹੋਈ ਪਈ ਆ ਮੈਂ ਕਿਹਾ ਜੇ ਆ ਚਮਕ ਚੱਲੋ ਜੀ ਮਿਲਜੇ ਨਾ ਤਾਂ ਮੈਂ ਤਾਂ ਲਾਡੀਆਂ ਬਾਡੀਆਂ ਹੀ ਕਰੀ ਜਾਇਆ ਕਰਾਂ ਪਰ ਤੋਤਾ ਰਾਮਾ ਲਾਡੀਆਂ ਬਾਡੀਆਂ ਨਾਲ ਕੀ ਬਣਦਾ ਕੋਈ ਤਰਕੀਬ ਸੋਚ ਹਾਂ ਹੁਣ ਲੱਗਿਆ ਤੀਰ ਨਿਸ਼ਾਨੇ ਤੇ ਮੈਨੂੰ ਲੱਗਦਾ ਤੇਰੇ ਪਿੱਛੇ ਕੰਨ ਪੜਵਾ ਕੇ ਸਾਨੂੰ ਜੋਗੀ ਬਣਨਾ ਹੀ ਪਊਗਾ ਸੱਚ ਤੂੰ ਮੇਰੇ ਪਿੱਛੇ ਕੰਨ ਵੀ ਪੜਵਾ ਸਕਦਾ ਹਾਏ 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 ਕੰਨ ਕੀ ਮੈਂ ਤਾਂ ਤੇਰੇ ਪਿੱਛੇ ਸਾਰਾ ਕੁਝ ਪੜਵਾ ਸਕਦਾ ਕਿਉਂ ਯਕੀਨ ਨਹੀਂ ਆਉਂਦਾ ਯਕੀਨ ਤਾਂ ਆ ਗਿਆ ਤੇ ਫਿਰ ਕੀ ਸੋਚਦੇ ਹੋ ਮੈਂ ਸੋਚ ਰਹੀ ਹਾਂ ਫੇਰ ਤਾਂ ਆਪਣਾ ਵਿਆਹ ਵੀ ਹੋ ਸਕਦਾ ਹਾਏ ਰੱਬਾ ਓਏ ਬਲਾਗੀ ਬੰਬ ਓਏ ਤੋਤਾ ਰਾਮਾ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਰੰਬਾ ਰੱਖ ਓਏ ਸਾਲਿਆ ਕੀ ਸੋਚਦਾ ਬਣ ਜਾ ਰਾਂਝਾ ਤੇ ਲੈ ਲੈ ਜੋਗ ਤੇਰੇ ਕੱਟੇ ਚਾੜਗੇ ਰੋਗ ਨਾਵੇ ਚੁਗਲਨਾਥ ਜੀ ਗੁਰਨਾਥ ਓਏ ਸੈਦਾਂ ਦੀ ਚੰਗੀ ਤਰ੍ਹਾਂ ਰਾਖੀ ਕਰਦਾ ਕਿ ਨਹੀਂ ਮਹਾਰਾਜ ਰਾਤ ਦਿਨ ਉਹਦੇ ਬੂਹੇ ਅੱਗੇ ਕਿੱਲੇ ਵਾਂਗ ਗੱਡੇ ਰਹੀਦਾ ਮਜਾ ਲੈ ਤੇ ਚਿੜੀ ਤੱਕ ਵੀ ਫੜਕ ਜਾਏ ਤਾਂ ਸ਼ਾਬਾਸ਼ ਸ਼ਾਬਾਸ਼ ਚੁਗਲਨਾਥ ਤੇਰੇ ਕੋਲ ਇਹੀ ਉਮੀਦ ਸੀ ਧੰਨਵਾਦ ਗੁਰੂਨਾਥ ਗੁਰੂਨਾਥ ਮੈਨੂੰ ਚਰਨੀ ਲਾ ਲੋ ਓ ਗੁਰੂਨਾਥ ਮੈਨੂੰ ਚੇਲਾ ਬਣਾ ਲੋ ਤੇਰੇ ਦਰ ਤੇ ਆਇਆ ਹਾਂ ਕੁਝ ਕਰਕੇ ਜਾਊਂਗਾ ਜਾ ਮਰ ਕੇ ਜਾਊਂਗਾ ਬਾਬਾ ਜੀ ਜਾ ਕਰਕੇ ਜਾਊਂਗਾ ਬਾਬਾ ਜੀ ਦੇ ਦਿਓ ਮੈਨੂੰ ਜੋਗ ਤੇ ਕੱਟ ਦਿਓ ਮੇਰੇ ਰੋਗ ਗੁਰਨਾਥ ਇਹ ਤਾਂ ਜੋਗੀ ਬਣਨਾ ਚਾਹੁੰਦਾ ਹੈ ਹਾਂ ਬਾਬਾ ਜੋਗੀ ਸੱਚੀ ਮਿੱਠੀ ਜੋਗੀ
ਓਏ ਜੋਗੀ ਬਣਨਾ ਤੇਰੇ ਵਸ ਦਾ ਰੋਗ ਨਹੀਂ ਜਵਾਨਾ। ਕਿਉਂ ਬਾਬਾ? ਜੋਗੀ ਬਣਨ ਵਾਸਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰਨਾ ਪੈਂਦਾ। ਉਹ ਤਾਂ ਬਾਬਾ ਮੈਂ ਮਾਰ ਦੂੰਗਾ, ਉਹ ਤਾਂ ਮੈਂ ਮੱਛਰ ਵਾਂਗੂ ਮਾਰ ਦੂੰਗਾ ਬਾਬਾ। ਫਿਰ ਇੱਕ ਗੱਲ ਹੋਰ ਵੀ ਸੁਣ ਲਾ। ਹਾਂ ਬਾਬਾ। ਆਪ ਤੋਂ ਵੱਡੀ ਨੂੰ ਮਾਂ, ਛੋਟੀ ਨੂੰ ਧੀ ਤੇ ਬਰਾਬਰ ਦੀ ਨੂੰ ਭੈਣ ਵੀ ਸਮਝਣਾ ਪੈਂਦਾ। ਬਾਬਾ ਗੱਲਾਂ ਤਾਂ ਤੁਸੀਂ ਬਹੁਤ ਚੰਗੀਆਂ ਦੱਸੀਆਂ, ਪਰ ਆ ਪਿਛਲੀ ਗੱਲ ਮਾੜਾ ਜਿਹਾ ਪੰਗਾ ਪਾਉਂਦੀ ਲੱਗਦੀ ਹੈ। ਫਿਰ ਮੈਂ ਆਪਣੇ ਆਪਣਾ ਸਲਾਹ ਕਰਕੇ ਦੱਸਦਾ। ਚੰਗਾ ਬਾਬਾ। ਵਾਹ ਬਾਬਾ, ਚੰਗਾ ਜੋਗ ਦਿਨ ਲੈ। ਕਹਿੰਦਾ ਵੱਡੀ ਨੂੰ ਮਾਂ, ਛੋਟੀ ਨੂੰ ਧੀ ਤੇ ਹਾਂ ਜੀ ਨੂੰ ਭੈਣ ਸਮਝੀ। ਇਹ ਤੂੰ ਜੋਗ ਦਿੰਦਾ ਕਿ ਮਰ ਜਾ ਸੀ ਲਾਉਣਾ? ਜੇ ਹਾਂ ਜੀ ਨੂੰ ਭੈਣ ਹੀ ਸਮਝਣਾ ਤਾਂ ਜੋਗ ਕਿਸ ਵਾਸਤੇ ਲੈਣਾ? ਚੱਲ ਤੋਤਿਆ ਮਾਰ ਉਡਾਰੀ। ਹਾਏ ਵੇ ਮੇਰੇ ਪੈ ਗਿਆ ਪੱਲੇ, ਹਾਏ ਵੇ ਮੇਰੇ ਪੈ ਗਿਆ।
ਕੁੜ ਕਿਤੇ ਤੇ ਆਂਡੇ ਕਿਤੇ ਮਣੀ ਕਵਾਂ ਡੋਂਚੇ ਦੇ ਜੱਟ ਜੋਗੀ ਕਿਉਂ ਬੰਦਾ ਫਿਰਦਾ ਕਿਹਦੇ ਨਾਲ ਕਰ ਰਿਹਾ ਤੂੰ ਗੱਲਾਂ ਇਹ ਉਸੇ ਦੀ ਗੱਲ ਕਰ ਰਿਹਾ ਜਿਹਦੇ ਨਾਲ ਹੁਣੇ ਤੂੰ ਲੁਕਣ ਮੀਚੀਆਂ ਪਈ ਕੱਦ ਖੇਡਦੀ ਸੈਂ ਮੈਂ ਕੋਈ ਅੰਨਾ ਨਹੀਂ ਹੈਗਾ ਜੁਗਲਨਾਥ ਦੇ ਵੀ ਚਾਰ ਅੱਖਾਂ ਚਾਰ ਇਹ ਸਾਰਾ ਤਮਾਸ਼ਾ ਮੈਂ ਆਪਣੀ ਅੱਖਾਂ ਨਾਲ ਵੇਖ ਰਿਹਾ ਸੀ ਅੱਖਾਂ ਨਾਲ ਜੁਗਲਨਾਥ ਤੂੰ ਗੁੱਸੇ ਕਿਉਂ ਹੋਣਾ ਹੈ ਤੇਰੀ ਅੱਖਾਂ ਭੁਲੇਖਾ ਵੀ ਤਾਂ ਖਾ ਸਕਦੀ ਹੈ ਭੁਲੇਖਾ ਹਾਂ ਹਾਂ ਭੁਲੇਖਾ ਹਾਂ ਹਾਂ ਭੁਲੇਖਾ ਨਹੀਂ ਤਾਂ ਲੱਗ ਸਕਦਾ ਹੈ ਇਹਨਾਂ ਸੋਹਣੀਆਂ ਅੱਖਾਂ ਦਾ ਕੀ ਹੈ ਜੁਗਲਨਾਥ ਤੂੰ ਮੈਨੂੰ ਇਨ ਸ਼ਬਦੀਆਂ ਨਜ਼ਰ ਨਾਲ ਨਾ ਨਾ ਵੇਖਾ ਕਰ ਕਮਲੀਏ ਆਪਣੇ ਆਪ ਤੇ ਕਾਹਦਾ ਸ਼ੱਕ ਫਿਰ ਤੁਵੇਂ ਤਾਂ ਮੇਰੇ ਨਾਲ ਇੰਜ ਹੀ ਬੋਲਿਆ ਕਰਨਾ ਹੱਸ ਕੇ ਜਗਨਨਾਥ ਜਗਨਨਾਥ ਹਾਂ ਮੈਂ ਹੁਣ ਮੈਂ ਜਾਵਾਂ ਕਿੰਨੀ ਭੋਲੀ ਹੈ ਮੈਨਾ ਕਿੰਨੀ ਚੰਗੀ ਹੈ ਮੇਰੀ ਮੈਨਾ ਮੇਰੀ ਮੈਨਾ ਅੱਛਾ ਇਹੋ ਜੀ ਹੁੰਦੀ ਆ ਬੀਨ ਮੈਂ ਆਖਿਆ ਕਿਤੇ ਹਰਬਲੀ ਵਾਜੇ ਵਾਂਗੂ ਹੱਥ ਨਾਲ ਵਜਾਉਣ ਵਾਲੀ ਹੁੰਦੀ ਹੈ ਇਹ ਬਾਜੀ ਕਿਧਰੋਂ ਆਇਆ ਵੀ ਤੈਨੂੰ ਇੰਨਾ ਵੀ ਨਹੀਂ ਪਤਾ ਇਧਰੋਂ ਤਾਂ ਐ ਲੱਗਦੀ ਹੈ ਜਿਵੇਂ ਦਲਾਲੀ ਬੰਦੂਕ ਵਾਂਗੂ ਹੁੰਦੀ ਹੈ ਇੰਜ ਵਜਾਈ ਜਾਂਦੀ ਹੈ ਬਸ 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 ਆ ਗਈ ਵੇ ਸੁਰਾਂ ਤਾਂ ਦਬਾ ਲੈ ਉਹ ਸੱਚ ਜੀ ਐ ਕਰੀਏ ਫੂਕ ਮੈਂ ਭਰੀ ਜਾਂਦਾ ਤੇ ਮੋਰੀਆਂ ਤੁਸੀਂ ਦੱਬੀ ਜਾਓ ਜੀ ਐ ਬੀਨ ਵਜਾਉਂਦਾ ਰਿਹਾ ਤੇ ਬੇਈ ਸੇ ਪਕੀਲੇ ਗਿਆ ਸੱਚ ਗੱਲ ਇਹ ਹੈ ਬੀਨ ਤਾਂ ਵਜਾਉਣੇ ਸੋਥੋਂ ਮੈਂ ਸਿੱਖ ਲੈਣਾ ਪਰ ਸੱਪ ਤਾਂ ਮੈਥੋਂ ਐਂ ਡਰਦੇ ਆ ਜਿਵੇਂ ਤੀਰਾ ਕੋਲੋਂ ਕਾਂ ਵੇ ਸੱਪ ਤੇ ਤੂੰ ਇੰਨਾ ਡਰਦੇ ਸੱਪ ਜੇ ਸੱਪ ਡਰਨਗੇ ਨਾ ਤਾਂ ਹੋਰ ਆਪਦੀ ਮਾਂ ਦਾ ਸਿਰ ਕਰਨਗੇ ਮੈਂ ਮਾਰ ਚੁੱਕਿਆ ਹੱਥਾਂ ਨਾਲ 100 ਸੱਪ ਤੂੰ ਸੱਪਾਂ ਨੂੰ ਹੱਥਾਂ ਨਾਲ ਮਾਰ ਦਿੰਦਾ ਕਰਤੀ ਗੱਲ ਸੱਪ ਦੇ ਤਾਂ ਜਦੋਂ ਮੈਂ ਅੱਖਾਂ ਚ ਅੱਖਾਂ ਪਾ ਲਾ ਨਾ ਅੱਖਾਂ ਚ ਅੱਖਾਂ ਤਾਂ ਥਾਂ ਤੇ ਭਸਮ ਕਰ ਦਿੰਦਾ ਇਹ ਤੇ ਵੱਡਾ ਜੋਗੀ ਹੈ ਜਾਦੂਗਰ ਹੈ ਜਾਦੂਗਰ ਮੈਂ ਤਾਂ ਬਹੁਤ ਵੱਡਾ ਜਾਦੂਗਰ ਹੈ ਤੂੰ ਆਪਣਾ ਜਾਦੂ ਮੈਨਾਂ ਤੇ ਚਲਾ ਅਸੀਂ ਚੱਲੀਆਂ ਲੈ ਹੁਣ ਵੀ ਉਹ ਗੱਲ ਕਰੀਏ ਕਿਹੜੀ ਗੱਲ ਜਿਹੜੀ ਮੈਂ ਕਰਨ ਆਇਆ ਕਰਨਾ ਫਿਰ ਗੱਲ ਉਹ ਨੇੜੇ ਹੋ ਕੇ ਕਰਨ ਵਾਲੀ ਹੈ ਦੂਰੋਂ ਨਹੀਂ ਹੋ ਸਕਦੀ ਦੂਰੋਂ ਨਹੀਂ ਹੁੰਦੀ ਅੱਛਾ ਤੇ ਫਿਰ ਆ ਜਾ ਨੇੜੇ ਤੂੰ ਸੈਦਾ ਕੋਲੇ ਜਾ ਤੇ ਸੱਜਣ ਦਾ ਸੁਨੇਹਾ ਦੇ ਕੇ ਫਕ ਫਕ ਕਰਦੀ ਆ ਤੇ ਤੂੰ ਓਨੀ ਦੇਰ ਬੀਨ ਦੇ ਲਹਿਰੇ ਵਜਾ ਚੰਗਾ ਮੈਂ ਕਿਹੜਾ ਤੇਰੇ ਤੋਂ ਬਾਹਰ ਹੈ ਮੈਂ ਤਾਂ ਜਿਵੇਂ ਮਰਜ਼ੀ ਉਹ ਦੇਖੀ ਸਾਰਿਆ ਕਿਤੇ ਉਹੀ ਪੰਗਾ ਨਾ ਲੈ ਬੈਠੀ ਸਿੱਚੀ ਮਿੱਚੀ ਦਾ ਸੱਪ ਨਿਕਲ ਆਵੇ ਉਦੋਂ ਦਾ ਕੁੜੀਆਂ ਸਰਦਾਰ ਬਣਿਆ ਬੈਠਾ ਸੀ ਹੁਣ ਸੱਪ ਤੋਂ ਡਰਦੀ ਹੈ ਮੇਰੀ ਜੁੱਤੀ ਬਜਾ ਬਜਾ ਕੀ
छेड़ना, तेन तो पता मेरा मन उदास है। ओए तू गल से सुन, तेरा मन बिल्कुल ठीक हो जाएगा। सजन का सुनेहा है। सजन का सुनेहा? मैं ना जे मेरे खम लगे हो तो मैं सजन को उड़ के चली जावा, पर तेन तो पता मेरे ते किवें पैरे लगे हुए ने। इन्हें पैरों की तू परवाह ना कर, असी जो है तेन मिलाने वाले। सची सजन मैनू मिल सकता? क्यों नहीं, ये तो साढ़े खब्बे हद का काम है। तू देख तो सही मैं की कर दिया। ओए क्यों रहा? कुछ नहीं बस सब निकला सी। हाँ सप निकलिया। फिर की? फिर मैं फड़ के पूछ घुमा के जमीन ना मारिया, सारे शरीर जड्डी तोड़ती। सप कितने? सप नु छड़ परे, तू पहले दस सैदा कोले जाई। हाँ जाए। काम करे टंच? बिल्कुल टंच। दस बार की करके आई है नेड़े आ। इन्ना नहीं। अच्छा फिर मैं जाना। मैंने पता नहीं तो चले मेरा गुनाह की है। तू कबीले तो बाहर ले किसी बंदे नु मिलन तो बाद आ जा, नहीं तो तुम्हें कुली दी कैबिन भर के रह जाएगी। आई समझ अच्छे बड़ा आया समझाउण वाला। लगता है इस मैना दे पर भी कसर नहीं पैणगे। 16 आने सच उस्ताद। परवाह कादी कर दियो, पर कतर के रख जांगे। देख राजू साडा काम है तन्नू दस देना, तू करे या ना करे ए तेरा काम है। पता नहीं उन्हें चुप किते जे ने अंजू दे सिर खोल के की पा। सारा दिन प्रीतम दे नाल दी माला जपदी रहंदी है। ओए की गल्लां करदे हो, ओदी माला दे मन के ता हुण खिंडनी वालिया। क्यों कोई मारिया कदों तीर? कोई लभी है चाबी? लभी ता की चाबी ता मेरी जेब च जेब च। लो पियो ते चीयर अप होवो। ओ सानू ही पता लगे हो जी केड़ी चाबी है। अंजू दी स्टेप मदर ते मेरी आंटी, पावे भी प्रीतम तुरे फिरन अंजू मेरी रहेगी। राजू कम कॉलेज खुलने तो पहले ही हो जाना चाहिए। प्रीतम ने इतने पुजन तो पहले छुट्टियां चेक उठ पार लो। सब ठीक हो जाएगा, मेरा पूरा इंतजाम किया हुआ है। सलूट मारता है? हाँ। ओए तो तेरा राम जा पुत्रा, ओ बगैर छुट्टी लिया किधर उडारी मार गया साईं? उडारी मार के मैं गया सी बागा च, अंबिया के बागा च। अंबिया के बागा विच? ओ मैं जानना तू तो सज्जन केड़े बाग दी अंबिया तोड़ते फिर दे हो। ओ सॉरी दियो, ओ कुछ अपने बुढ़े प्यो का भी ख्याल किया करो। ओ बापू मनेगा तो तू गुस्सा,
ਪਹਿਲਾਂ ਬੁੱਢਾ ਠੇਰਾ ਹੋ ਕੇ ਇਹੋ ਜਿਹੀਆਂ ਗੱਲਾਂ ਕਰਦਾ ਚੰਗਾ ਲੱਗਦਾ ਯਾਰ। ਉਹ ਸੋਰੀ ਦਿਆ, ਬਾਂਦਰ ਜੇ ਬੁੱਢਾ ਹੋ ਜਾਏਗਾ ਤੇ ਛਾਲਾਂ ਮਾਰਨਾ ਤੇ ਨਹੀਂ ਭੁੱਲੇਗਾ। ਖੈਰ ਆਪਾਂ ਤਾਂ ਤੈਨੂੰ ਬਾਂਦਰ ਕਹਿੰਦੇ ਨਹੀਂ, ਤੂੰ ਆਪਣੇ ਆਪ ਨੂੰ ਜੋ ਮਰਜ਼ੀ ਕਹਿ ਲੈ। ਹਾਂ ਤੇ ਬਾਂਦਰ ਦਾ ਪਿਓ ਕਹਿ ਲੈ। ਓ ਹੁਣ ਤੂੰ ਐ ਦੱਸ ਸੱਜਣ ਕਿੱਥੇ ਹੈ? ਉਹ ਸੱਜਣ ਕਿਹੜਾ, ਸਿੰਘਾਪੁਰ ਟੁੱਟ ਗਿਆ ਹੈ, ਉਹ ਸਾਹਮਣੇ ਖੇਤ 'ਚ ਬੈਠਾ ਹੈ, ਜਾ ਕੇ ਜੱਫੀਆਂ ਪਾ ਲੈ। ਚੰਗਾ ਮੈਂ ਚੱਲਿਆ। ਜਾ ਚੰਗਾ। ਓ ਵੱਡੇ ਭਾਈ, ਵੱਡੇ ਭਾਈ ਤੂੰ ਸੱਜਣ ਮਿਲ ਕੇ ਆ ਤੇ ਹੋਰ ਮੈਂ ਮੱਖੀਆਂ ਮਾਰ ਕੇ ਆਇਆ। ਤੂੰ ਖੁਦ ਮਿਲਿਆ ਸੀ ਉਹਨੂੰ? ਨਹੀਂ, ਉਹ ਮੈਨੂੰ ਮਿਲੀ ਸੀ। ਓਏ ਮਿਲ ਕੇ ਤਾਂ ਆਇਆ, ਤੂੰ ਗਾਂਹ ਗੱਲ ਕਰ। ਤੂੰ ਉਹਨੂੰ ਕਿਵੇਂ ਮਿਲਿਆ ਸੀ? ਓਏ ਨਾ ਪੁੱਛ ਕਿਵੇਂ ਮਿਲਿਆ ਮੈਂ ਬਈ, ਜਦੋਂ ਮੈਂ ਉੱਥੇ ਗਿਆ ਨਾ, ਉੱਥੇ ਕੁੜੀਆਂ ਹੀ ਕੁੜੀਆਂ ਤੇ ਕੁੜੀਆਂ ਜਿਹੜੀਆਂ ਪਈਆਂ ਸੀ। ਮੇਰਾ ਤਾਂ ਉਹਨੂੰ ਜੀ ਨਹੀਂ ਕਰਦਾ ਸੀ, ਬਸ ਦਿਲ ਕਰੇ ਕੁਟਕੂ ਐਵੇਂ ਜਬਲੀਆਂ ਮਰ ਜਾਏਗਾ। ਕੁਝ ਦੱਸੇਗਾ ਵੀ ਫਿਰ ਦੱਸ ਕਿੱਦਾਂ ਗੱਲ ਕੀਤੀ? ਗੱਲ ਕੀ ਕਰਨੀ ਸੀ ਯਾਰ? ਉੱਥੇ ਜਾਣਾ ਵੀ ਬਹੁਤ ਔਖਾ, ਉੱਥੇ ਜਾਣਾ ਤਾਂ ਮੌਤ ਨੂੰ ਮਾਸੀ ਆਖਣ ਵਾਲੀ ਗੱਲ ਹੈ। ਉੱਥੇ ਤਾਂ ਐਡੇ ਐਡੇ ਸੱਪ ਹੈ ਕਿ ਵੱਡਿਆਂ ਵੱਡਿਆਂ ਦਾ ਮੁਰਕਾ ਨਿਕਲ ਜਾਂਦਾ, ਉਹ ਤਾਂ ਮੈਂ ਇੱਥੇ ਸਾਰ ਗਿਆ। ਬਸ ਦੱਸ ਅਸੀਂ ਕੁਛ ਕੀ ਗੱਲ ਕੀਤੀ? ਪਰ ਕਰਕੇ ਵੀ ਆਏ ਹਾਂ, ਇੱਧਰ ਕਰ, ਕੰਨ ਕਰ। ਲੁਧਿਆਣੇ ਘੰਟਾ ਘਰ ਕੋਲੇ, ਦਿਨ ਐਤਵਾਰ ਜਦ ਵਜਣ ਚਾਰ, ਕਰ ਹੋ ਕੇ ਪਿਆਰ ਕਰਕੇ
ਕੋਈ ਸ਼ਿੰਗਾਰ ਆਈ ਮੁੜ ਜਾਈ ਪਰ ਕਲੀ ਕਹਿਰੀ ਆਈ ਕੋਈ ਚਾਹੀਦੀ ਨੀ ਨਾਲ ਸਹੇਲੀ ਦੁਨੀਆ ਮਤਲਬ ਦੀ ਫਿਰ ਬਣ ਸੰਤਾਂ ਦੀ ਢੇਲੀ ਦੁਨੀਆ ਮਤਲਬ ਦੀ ਕੋਈ ਨਾ ਕਿਸੇ ਦੇ ਘਰ ਢੇਲੀ ਦੁਨੀਆ ਮਤਲਬ ਦੀ ਫਿਰ ਬਣ ਸੰਤਾਂ ਦੀ 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 ਢੇਲੀ ਤੂੰ ਚਿੰਤਾ ਨਾ ਕਰ ਉਹ ਕੁਝ ਹੋਏਗਾ ਜੋ ਮੈਂ ਚਾਹਾਂਗੀ ਪਰ ਆਂਟੀ ਇਹ ਫੈਸਲਾ ਛੇਤੀ ਹੋ ਜਾਣਾ ਚਾਹੀਦਾ ਨਾ ਓਹੋ ਫੈਸਲਾ ਤਾਂ ਹੋ ਚੁੱਕਾ ਰਾਜੂ ਅੰਜੂ ਦਾ ਵਿਆਹ ਤੇਰੇ ਨਾਲ ਹੀ ਹੋਏਗਾ ਪਰ ਇੱਕ ਗੱਲ ਹੈ ਜਿੰਨੀ ਦੇਰ ਤੱਕ ਪ੍ਰੀਤਮ ਦਾ ਧਿਆਨ ਉਹਦੇ ਦਿਮਾਗ ਚੋਂ ਨਹੀਂ ਨਿਕਲ ਜਾਂਦਾ ਉਹ ਸਿੱਧੀ ਤਰ੍ਹਾਂ ਰਜ਼ਾਮੰਦ ਨਹੀਂ ਆਉਣ ਲੱਗੀ ਆਂਟੀ ਤੁਹਾਡੇ ਇੱਕ ਇਸ਼ਾਰੇ ਦੀ ਲੋੜ ਹੈ ਇਹ ਪ੍ਰੀਤਮ ਨਾਂ ਦੀ ਚੀਜ਼ ਅੰਜੂ ਦੇ ਦਿਮਾਗ ਚ ਤਾਂ ਕੀ ਮੈਂ ਉਹਦੀ ਜ਼ਿੰਦਗੀ ਚ ਪੜ ਜਾਵਾਂ ਨਹੀਂ ਨਹੀਂ ਪਾਗਲ ਹੋ ਗਿਆ ਚੱਲਿਆ ਜੇ ਗੁੜ ਦਿੱਤਿਆਂ ਦੁਸ਼ਮਣ ਮਰਦਾ ਹੋਵੇ ਤਾਂ ਜ਼ਹਿਰ ਦੇਣ ਦੀ ਕੀ ਲੋੜ ਹੈ ਪਰ ਆਂਟੀ ਦੁਸ਼ਮਣ ਨੂੰ ਮਾਰਨ ਵਾਸਤੇ ਉਹ ਗੁੜ ਖਵਾਇਆ ਕਦੋਂ ਜਾਏਗਾ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਓਏ ਹੋਏ ਤੂੰ ਹੌਸਲਾ ਰੱਖ ਸਭ ਕੰਮ ਠੀਕ ਹੋ ਜਾਏਗਾ ਮੈਂ ਬਸ ਮੌਕੇ ਦੀ ਤਾੜ ਵਿੱਚ ਹਾਂ ਚੱਲ ਤੈਨੂੰ ਦੱਸਾਂ ਇਹਨਾਂ ਗੱਲਾਂ ਦੇ ਵਿੱਚ ਜਲਦਬਾਜ਼ੀ ਨਹੀਂ ਕਰੀ ਦੀ ਹੁੰਦੀ ਸਮਝਿਆ ਕਰ ਤੂੰ ਮਾਮਾ ਨੂੰ ਕਹੀ ਮੈਨੂੰ ਮਿਲ ਕੇ ਜਾਏ ਨਮਸਤੇ ਜੀ ਕੌਣ ਪ੍ਰੀਤਮ ਆ ਵੀ ਬਾ ਚੱਲ ਕਾਕਾ ਹਾਂਜੀ ਮਰ ਤੇ ਕਾਕਾ ਅੰਜੂ ਕਿੱਥੇ ਹੈ ਅੰਜੂ ਅੰਜੂ ਘਰ ਨਹੀਂ ਨਹੀਂ ਉਹ ਤਾਂ ਤੈਨੂੰ ਮਿਲਣ ਗਈ ਸੀ ਮੈਨੂੰ ਮਿਲਣ ਹਾਂ ਤੈਨੂੰ ਮਿਲੀ ਨਹੀਂ ਉਹ ਤਾਂ ਰੋਜ਼ ਹੀ ਤੈਨੂੰ ਮਿਲਣ ਜਾਂਦੀ ਹੈ ਪਰ ਮੈਂ ਤਾਂ ਅੱਜ ਹੀ ਪਿੰਡੋਂ ਵਾਪਸ ਆਇਆ ਪਿੰਡੋਂ ਪਰ ਉਹ ਤਾਂ ਅਕਸਰ ਇਹੀ ਕਹਿ ਕੇ ਜਾਂਦੀ ਵੀ ਮੈਂ ਪ੍ਰੀਤਮ ਨੂੰ ਮਿਲਣ ਜਾ ਰਹੀ ਹਾਂ ਹੋਰੇ ਫਿਰ ਪਤਾ ਨਹੀਂ ਖੈਰ ਕੋਈ ਨਹੀਂ 6 ਵਜੇ ਆ ਜਾਂਦੀ ਹੁੰਦੀ ਹੈ ਚੱਲ ਕੋਈ ਨਾ ਮੈਂ ਤੇਰੇ ਲਈ ਚਾਹ ਬਣਾ ਕੇ ਲੈਣੀ ਬੈਠ ਲੱਗਾ ਤੀਰ ਨਿਸ਼ਾਨੇ ਤੇ ਪ੍ਰੀਤਮ ਆਇਆ ਸੀ ਮੰਮੀ ਮੰਮੀ ਕੀ ਗੱਲ ਹੈ ਕੀ ਬਣਾਉਣਾ ਤੂੰ ਮੰਮੀ ਦਾ ਪ੍ਰੀਤਮ ਆਇਆ ਸੀ ਆਹੋ ਆਇਆ ਸੀ ਉਹਨੂੰ ਬਿਠਾਇਆ ਕਿਉਂ ਨਹੀਂ ਕਾਹਦੇ ਵਾਸਤੇ ਕੀ ਲੱਗਦਾ ਸਾਡਾ ਮੈਂ ਤੈਨੂੰ ਕਹਿ ਰਹੀ ਹਾਂ ਉਸ ਮੁੰਡੇ ਦਾ ਧਿਆਨ ਕੱਢ ਦੇ ਦਿਮਾਗ ਚੋਂ ਮੰਮੀ ਇਹ ਮੇਰੀ ਜ਼ਿੰਦਗੀ ਦਾ ਸਵਾਲ ਹੈ ਤੇਰੀ ਜ਼ਿੰਦਗੀ ਦੀ ਜ਼ਿੰਮੇਦਾਰੀ ਸਾਡੇ ਤੇ ਹੈ ਤੇ ਤੇਰਾ ਅੱਛਾ ਬੁਰਾ ਸੋਚਣਾ ਸਾਡਾ ਕੰਮ ਹੈ ਤੈਨੂੰ ਕੀ ਅਕਲ ਹੈ ਮੈਂ ਪੁੱਛਣੀ ਆ ਵੀ ਰਾਜੂ ਚ ਕੀ ਖਰਾਬੀ ਹੈ ਸਾਡੀ ਬਰਾਬਰੀ ਦੇ ਲੋਕ ਨੇ ਲੱਖਾਂ ਦੀ ਜਾਇਦਾਦ ਦਾ ਮਾਲਕ ਹੈ ਤੇ ਉਸ ਫੁਕਰੇ ਚ ਕੀ ਤਰਿਆ ਹੈ ਤੇਰੀ ਤਾਂ ਐਡੀ ਅਕਲ ਮਾਰੀ ਗਈ ਤੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਤੇਰੀ ਜਾਇਦਾਦ ਦੇ ਪਿੱਛੇ ਨੱਸਦਾ ਹੋ ਮੰਮੀ ਪ੍ਰੀਤਮ ਕਿਹੋ ਜਿਹਾ ਮੁੰਡਾ ਮੈਂ ਅੱਛੀ ਤਰ੍ਹਾਂ ਜਾਣਦੀ ਹਾਂ ਮੈਨੂੰ ਉਸ ਤੋਂ ਹੋਰ ਕੋਈ ਮੁੰਡਾ ਨਹੀਂ ਚਾਹੀਦਾ
ਤਾਂ ਰੋਜ਼ ਹੀ ਤੈਨੂੰ ਮਿਲਣ ਜਾਂਦੀ ਹੈ। ਤੂੰ ਤਾਂ ਅਕਸਰ ਹੀ ਉਹ ਕਹਿ ਕੇ ਜਾਂਦੀ ਵੀ ਮੈਂ ਪ੍ਰੀਤਮ ਨੂੰ ਮਿਲਣ ਜਾ ਰਹੀ ਹਾਂ। ਖਰੇ ਫਿਰ ਪਤਾ ਨਹੀਂ, ਖੈਰ ਕੋਈ ਨਹੀਂ। ਅੰਜੂ ਫਿਰ ਮਿਲਣ ਕਿਸ ਨੂੰ ਜਾਂਦੀ ਹੋਵੇਗੀ? ਨਹੀਂ ਨਹੀਂ, ਅੰਜੂ ਬੇਵਫਾ ਨਹੀਂ ਹੋ ਸਕਦੀ। ਸੱਜਣਾ, ਹੁਣ ਮੈਥੋਂ ਹੋਰ ਸਬਰ ਨਹੀਂ ਹੁੰਦਾ। ਤੈਨੂੰ ਕੀ ਪਤਾ ਮੈਂ ਕਿੰਨਾ ਕਿੰਨਾ ਖਤਰਿਆਂ ਨੂੰ ਸਹਿੜ ਕੇ ਤੈਨੂੰ ਮਿਲਣ ਆਈ ਹਾਂ। ਹੁਣ ਤੈਨੂੰ ਜ਼ਿਆਦਾ ਸਬਰ ਕਰਨ ਦੀ ਲੋੜ ਨਹੀਂ ਪੈ ਗਈ ਮੇਰੀ ਸੁਣੀ। ਪਤਾ ਨਹੀਂ ਉਹ ਕਿਹੜੀ ਕੁਲੈਣੀ ਘੜੀ ਸੀ ਜਦ ਤਕਦੀਰ ਨੇ ਫੈਸਲਾ ਕੀਤਾ ਕਿ ਮੈਂ ਤੇਰੇ ਸਿਵਾ ਹੋਰ ਕਿਸੇ ਦੀ ਵੀ ਹੋ ਸਕਦੀ। ਤੂੰ ਸਿਰਫ ਮੇਰੀ ਆ, ਮੇਰੀ ਰਹੇਂਗੀ, ਹੋਰ ਕਿਸੇ ਦੀ ਨਹੀਂ ਹੋ ਸਕਦੀ। ਤੈਨੂੰ ਨਹੀਂ ਪਤਾ ਉਹ ਮਰ ਜਾਣਾ ਪਰਛਾਵੇਂ ਮੰਗਣ ਮੇਰੇ ਪਿੱਛੇ ਪਿਆ ਹੋਇਆ। ਹੁਣ ਵੀ ਉਹ ਪਤਾ ਨਹੀਂ ਕਿਤੇ ਖੜਾ, ਸਾਨੂੰ ਦੇਖਦਾ ਨਾ ਹੋਵੇ। ਤੂੰ ਫਿਕਰ ਨਾ ਕਰ, ਮੈਂ ਸਭ ਠੀਕ ਕਰ ਲਾਂਗਾ। ਹੈਲੋ, ਕੌਣ? ਪ੍ਰੀਤਮ? ਹਾਂ ਬਈ। ਨਹੀਂ ਅੰਜੂ ਤਾਂ ਨਹੀਂ ਆਈ ਹਾਲੇ ਤੀਕਨ। ਬਈ ਕੁਛ ਕਹਿ ਨਹੀਂ ਸਕਦੀ। ਹਾਂ ਬਈ, ਮੈਂ ਤਾਂ ਆਪੇ ਉਡੀਕਦੀ ਪਈ ਹਾਂ ਉਹਨੂੰ। ਹਾਂ ਬਈ। ਪ੍ਰੀਤਮ, ਤੈਨੂੰ ਨਹੀਂ ਪਤਾ ਅੰਜੂ ਤੇਰੇ ਬਿਨਾਂ ਕਿੰਨੀ ਪਰੇਸ਼ਾਨ ਹੈ। ਉਹਨੇ ਰੋ ਰੋ ਕੇ ਆਪਣਾ ਬੁਰਾ ਹਾਲ ਬਣਾ ਲਿਆ। ਉਹਨੂੰ ਕਹਿ ਦੋ ਅੱਜ ਦੇ ਬਾਅਦ ਮੇਰਾ ਨਾਂ ਆਪਣੀ ਜ਼ੁਬਾਨ ਤੇ ਨਾ ਲਾਵੇ। ਪ੍ਰੀਤਮ, ਕੀ ਤੂੰ ਪਾਗਲ ਹੋ ਗਿਆ? ਹੋਰ ਪਾਗਲ ਹੋਣ ਕੋਈ ਕਸਰ ਹੈ? ਉਹ ਤੇ ਰੋ ਰੋ ਕੇ ਮਰ ਰਹੀ ਹੈ ਤੇ ਇੱਥੇ ਬਹਿ ਕੇ ਕਹਿੰਦਾ ਮੇਰਾ ਨਾਂ ਆਪਣੀ ਜ਼ੁਬਾਨ ਤੇ ਨਾ ਲਿਆਵੇ। ਮੈਂ ਪੁੱਛ ਸਕਦੀ ਹਾਂ ਕਿ ਕਸੂਰ ਕੀਤਾ ਉਹਨੇ? ਕਸੂਰ? ਉਹਨੇ ਇੰਨਾ ਵੱਡਾ ਕਸੂਰ ਕੀਤਾ ਹੈ ਜਿਹੜਾ ਮੈਂ ਦੱਸ ਵੀ ਨਹੀਂ ਸਕਦਾ। ਕਿਉਂ ਨਹੀਂ ਦੱਸ ਸਕਦਾ? ਪ੍ਰੀਤਮ, ਤੈਨੂੰ ਜ਼ਰੂਰ ਕੋਈ ਗਲਤ ਫਹਿਮੀ ਹੋ ਗਈ ਹੈ। ਮੈਨੂੰ ਪੂਰਾ ਯਕੀਨ ਹੋ ਗਿਆ ਕਿ ਤੂੰ ਪਾਗਲ ਹੋ ਗਿਆ। ਹਾਂ, ਮੈਂ ਸੱਚਮੁੱਚ ਪਾਗਲ ਹੋ ਗਿਆ। ਉਸ ਬੇਵਫਾ ਨੂੰ ਕਹਿ ਦੇਣਾ ਕਿ ਪ੍ਰੀਤਮ ਪਾਗਲ ਹੋ ਗਿਆ, ਸਮਝੀ? ਬੇਵਫਾ? ਅੰਜੂ, ਅੰਜੂ ਬੇਵਫਾ? ਅੰਜੂ, ਅੰਜੂ ਹੌਸਲਾ ਰੱਖ ਅੰਜੂ। ਦੇਖ, ਐਵੇਂ ਮੈਂ ਕੁਝ ਹੱਸ ਲਿਆਉਂਦਾ ਅੰਜੂ।
मैंने उम्मीद नहीं सी कि प्रीतम इस तरह बदल जाएगा। नहीं समझ आए, कभी नहीं हो सकता। प्रीतम जरूर कोई गलत फहमी हुई है। नहीं प्रीतम कभी मेहमान नहीं हो सकता, कभी नहीं। प्रीतम की गल है, मैं तेनू कई दिनों तो बड़ा उदास देख रहा। ना तू पढ़ रहा, इम्तिहान तेरे सिर ते है। इम्तिहान इस पास होने की कोशिश तो मेरा खून पी रही है। रवे हो जाए इम्तिहान किसी दुश्मन का दिन लै। तेनू कोई दुख है प्रीतम? सियाने कहते दुख दसिया अद्धा रह जाता, पर वीरा जरा दुख दसा दूना हो जाए उन्हें भुल जाने चंगा है। तू जरूर मेरे तो कुछ लुका रहा। तू तो पावे मेरे तो कुछ लुकाए रखा हो, पर मेरी जिंदगी तेरे सामने एक खुली किताब आ गया वीरा। तेनू की हो गया? नहीं नहीं मैं कुछ नहीं खावांगी। एक की हाल बनाया, हर वेले ड्रामे कर दी रही है, ना खांदी है ना पींदी है, सारे का माहौल ही खराब कर दिता। मेरी गल सुन ले, मैं कोई तेरी गोली नहीं कि हाथ जोड़ के तेरे अगे खड़ी रहा। महारानी साहब को छक लाओ, खांदी हो तो खाओ नहीं तो खसम नु खाओ। पुत्र इतों तेरा यह हाल नहीं देखा जाता। ले शाबाश, ले कुछ पी। शाबाश। नहीं डैडी मैं कुछ नहीं खावांगी, मैं कुछ नहीं पीवांगी। पुत्र तेरे बार बार खत लिखन दे बाद प्रीतम ना आया, हो सकता है। नहीं डैडी नहीं, मैनु रब जिड्डा विश्वास है प्रीतम मैनु कभी नहीं भूल सकता। डैडी मेरा एक काम करोगे? तीए तू बोलते सही, प्रीतम नु मिलके आओगे? पुत्र तेरे सुख लई मैं सब कुछ कर सकता हूं, मैं खुद प्रीतम नु मिलके आवांगा। काका जेकर कोई गलत फहमी हो गई है तो आपस बैठ के ठीक कर लेनी चाहिए। गलत फहमी नहीं, मैंने खुश रहनी हो गई सी जड़न हमेशा लिए खत्म हो चुकी है। प्रीतम बेटे संजू का रो रो के बुरा हाल हो गया है, मैं तुहाडे रिश्ते की गल पक्की करन वास्ते आया वा। माफ करना, रिश्ता तुसी मेरे वीर सज्जन नाल पक्का कर दो। प्रीतम ये तू की कह गया है, तेथों मनु ऐसे ही गुस्ताखी दी बिल्कुल उम्मीद नहीं थी। नहीं ऐ हर किस नहीं हो सकता। किवें नहीं हो सकता, असी फैसला कर लिया, तेरा व्याह राजू नाल ही होएगा। मैं मर जावांगी मैं जान दे दांगी, पर मैं व्याह प्रीतम नाल ही करांगी। प्रीतम 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 लाइए, उससे प्रीतम ने तेरे सिर खे पाई है, जिदे नाल साडे कोलों चोरी प्रेम दियां पिंगा झूटदी रही है ना, उन्हें तेरे नाल ब्याह करन तो इनकार कर दिता ही। ऐ झूठ है, ऐ हो ही नहीं सकदा। काश के ना हो सकता। डैडी मैं मर जावांगी। पर जिदे लई तू मर रही हो तेनू कदे दा मार चुकिया है। मैनु ए विश्वास नहीं सी कि प्रीतम मेरे नाल इंज पेश आएगा। पर रहन दियो जी, इहनू विश्वास दिलाण दी लोड़ की है? मैं पुछनी आ राजू वर्गा मुंडा किते मिलना है? चढ़न नू मोटर है, नौकर चाकर ने, एडा वड्डा बंगला है, होर इहनू सुआह चाहीदी है? मैं कोई गामज नहीं, जितना मर्जी तोड़ दिता
मैं प्रीतम नु मिलन खुद जावांगी। अच्छा तू प्रीतम नु मिलन खुद जाएंगी है? ते साडे सिर होश ते सुआ पाएंगी, देखनी आ किवें मिलदी है तू प्रीतम। जा अंदर कमरे विच, प्रीतम नु मिलन दा सड़क तक लैणी उसका ही लज ला दित्ती है, देखनी आ किवें निकलदी है तू कमरे चो। नहीं सजना, हुण तां तेरे सिर ते वी मिर्ज़े वांग आण पई हो, फिर ना कहीं कि साहिबा चन्नां दी डोली चढ़ चली हो। तू घबरा ना सैदा, मेरे जिंदे जी तेरी वाह वाल भी नहीं कोई देख सकदा। सजना जब हनेरी साडे सिर चढ़ आई है, इस पूर्णिमा की रात नूं कबीले की हर जवान कुड़ी परनाई जाएगी, तू मैं किधर ले चल। ओए मेरे जीवन जी जान वाला, हाले कोई मां ने पुत नहीं जमया, हम दे इस हराम जादे नूं और इसे सप लड़ाके मार दियो। गोगिया सब दे वास्ते सजन छड़ दे। गोगे ने जिंदगी च अपना फैसला कदे नहीं बदलिया, क्यों देर कर दियो, छेती करो लड़ाओ नी सब। नहीं नहीं गोगे नहीं, चुप रह। ਮੰਤਰ ਫੂਕ ਕੇ ਲੋਕਾਂ ਨੂੰ ਸੱਪਾਂ ਦੇ ਜ਼ਹਿਰ ਤੋਂ ਬਚਾਉਣਾ। ਫਿਰ ਗੋਗੇ ਨੇ ਮੇਰੇ ਸੱਜਣ ਨੂੰ ਜ਼ਹਿਰੀਲਾ ਸੱਪ ਲੜਾ ਕੇ ਕਿਉਂ ਮਾਰ ਦਿੱਤਾ? ਉਹਨੂੰ ਬਚਾਓ ਗੁਰੂਨਾਥ, ਤੁਸੀਂ ਉਹਨੂੰ ਬਚਾਓ। ਸੈਦਾਂ ਮੈਂ ਗੋਗੇ ਦੀ ਸਰਕਤ ਤੇ ਬਹੁਤ ਸ਼ਰਮਿੰਦਾ ਹਾਂ। ਤਾਂ ਫਿਰ ਮੈਨੂੰ ਵਰਤੋ ਗੁਰੂਨਾਥ ਕਿ ਮੈਂ ਆਪਣੇ ਸੱਜਣ ਦੀ ਜਾਨ ਬਚਾ ਸਕਾਂ। ਤਾਂ ਮੇਰਾ ਆਸ਼ੀਰਵਾਦ ਤੇਰੇ ਨਾਲ ਏ, ਜਾ ਕੇ ਭੋਲੇ ਸ਼ੰਕਰ ਦੇ ਦੁਆਰੇ ਸੱਚੇ ਦਿਲ ਨਾਲ ਬੇਨਤੀ ਕਰ, ਤੇਰੀ ਬੇਨਤੀ ਜ਼ਰੂਰ ਮਨਜ਼ੂਰ ਹੋਵੇਗੀ। ਗੁਰੂਨਾਥ ਜੈ ਭੋਲੇ ਸ਼ੰਕਰ। हे शंकर भगवान, तू जानी जान है, तू सब दिलां दियां जानदा, सब दी रक्षा करदा, मेरे प्यार दी भी रक्षा करना।
ਤੇਰੇ ਸਿਦਕ ਨੇ ਕਬੀਲੇ ਨੂੰ ਨਮੋਸ਼ੀ ਤੋਂ ਬਚਾ ਲਿਆ ਹੈ। ਸ਼ੰਕਰ ਭਗਵਾਨ ਨੇ ਤੇਰੀ ਬੇਨਤੀ ਸੁਣ ਲਈ ਹੈ। ਮੇਰਾ ਸੱਜਣ ਜ਼ਿੰਦਾ ਹੈ? ਹਾਂ ਸੱਜਣ, 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 ਸੱਜਣ। ਰੁਕ ਜਾ ਸੱਜਣ। ਗੁਰੂ ਨਾਥ, ਤੂੰ ਸੱਜਣ ਨੂੰ ਨਹੀਂ ਮਿਲ ਸਕਦੀ। ਜਦ ਮੇਰਾ ਪਿਆਰ ਸੱਚ ਤਾਂ ਮੈਂ ਕਿਉਂ ਨਹੀਂ ਮਿਲ ਸਕਦੀ? ਮੈਂ ਸੱਜਣ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੀ। ਤੂੰ ਜ਼ਿੰਦਾ ਸਿਰਫ ਗੋਗੇ ਵਾਸਤੇ ਰਹਿ ਸਕਦੀ ਹੈ। ਮੈਂ ਤੇਰੇ ਸੱਚੇ ਪਿਆਰ ਵਾਸਤੇ ਕਬੀਲੇ ਦੇ ਅਸੂਲ ਨਹੀਂ ਤੋੜ ਸਕਦਾ। ਕੁੜੀਆਂ ਲੈ ਜਾ ਫੜ ਕੇ ਇਸ ਨੂੰ। ਜਵਾਨਾਂ ਜੇ ਪਲੀ ਚਾਹੁੰਦਾ ਤਾਂ ਚਲਾ ਜਾ ਇੱਥੋਂ। ਕਿਉਂ ਮੰਗਲਨਾਥ, ਹੁਣ ਤਾਂ ਖੁਸ਼ ਹੈ ਨਾ? ਤੇਰੀ ਧੀ ਸੈਦਾਂ ਦੀ ਸ਼ਾਦੀ ਗੋਗੇ ਨਾਲ ਹੋ ਰਹੀ ਹੈ। ਕਿੰਨਾ ਸੋਹਣਾ ਜਵਾਨ ਹੈ ਗੋਗਾ, ਕਿੰਨੀ ਸੋਹਣੀ ਜੋੜੀ ਫੱਬੇਗੀ ਦੋਵਾਂ ਦੀ। ਗੁਰੂ ਨਾਥ, ਸਭ ਤੁਹਾਡਾ ਆਸ਼ੀਰਵਾਦ। ਤਿਆਰ
ਗੁਰਨਾਥ ਖੈਰ ਤਾਂ ਹੈ? ਖੈਰ ਕਾਦੀ ਗੁਰਨਾਥ, ਕਹਿਰ ਹੋ ਗਿਆ ਕਹਿਰ। ਸਹਿਦਾ ਸ਼ਾਦੀ ਦੇ ਮੰਡਪ ਤੋਂ ਦੌੜ ਗਈ ਏ। ਸਹਿਦਾ ਦੌੜ ਗਈ? ਚੰਗਾ ਹੋਇਆ ਦੌੜ ਗਈ। ਮੰਗਲਨਾਥ, ਇਹ ਬਹੁਤ ਬੁਰੀ ਗੱਲ ਏ, ਸਾਡੇ ਕਬੀਲੇ ਦੀ ਇੱਜ਼ਤ ਦਾ ਸਵਾਲ ਏ। ਗੁਰਨਾਥ, ਸਹਿਦਾ ਹੁਣ ਨਹੀਂ ਦਿੰਦਾ ਬਚ ਸਕਦੀ। ਤੂੰ ਮੇਰਾ ਰਾਹ ਛੱਡ ਦੇ। ਇਹਨੂੰ ਗੱਡੀ ਚਲਾ ਚਲੋ। ਕਿਉਂ ਨਿਕਲੇ ਨੀ ਤੂੰ ਸਾਡੇ ਸਿਰ ਖੇਤ ਆਹੋ? ਬਾਜ਼ ਨੀ ਆਉਂਦੀ, ਤੂੰ ਘਰੋਂ ਨਿਕਲੀ ਕਿਵੇਂ? ਆਹ ਵੇਖੋ, ਆਹ ਭੇਸ ਕਿਵੇਂ ਬਦਲਿਆ? ਆਹ ਤੈਨੂੰ ਦੱਸਾਂ ਪਤਾ। ਚੱਲ ਕਿੱਧਰ ਨੂੰ ਲੈ ਜਾਂਦੀ ਆ, ਸਮਝ ਗਿਆ ਮੈਨੂੰ? ਦੱਸਾਂ ਤੈਨੂੰ ਕੀ ਸਮਝੇ? ਚੱਲ ਉੱਠ, ਵੱਡੀ ਆਈ ਆ ਹੱਥ ਖਿੱਚਣ ਵਾਲੀ, ਤੂੰ ਆਈ ਆ ਸਰਦਨ ਚਿੱਕਰ। ਠੀਕ, ਉੱਠ ਆ ਆ, ਨੱਕ ਦੇ ਤਾਂ ਜ਼ਰਾ। ਆਹਾ ਬੜਾ ਮਾਰਦੀ ਸੀ ਮੈਨੂੰ, ਤੜਪ ਰਹੀ ਹੈ ਕਿਵੇਂ ਹੋ ਰਹੀ ਹੈ? ਆਏ ਹਾਏ ਬੁੜੀਏ, ਬੜਾ ਮਾਰਦੀ ਸੀ ਮੈਨੂੰ। ਓਏ ਹੋਏ ਹੋਏ, ਮਾਰ ਨਿੱਚਾ ਮਾਰ, ਦੇ ਬਸ ਬਚਾਓ ਬਚਾਓ। ਅੰਜੂ ਪੁੱਤਰ, ਇਹ ਕਰਦੀ ਕੀ ਪਈ? ਅੰਜੂ ਕਹਿ ਰਹੀ, ਅੰਜੂ ਤੁਸੀਂ ਪਾਗਲ ਤਾਂ ਨਹੀਂ ਹੋ ਗਏ? ਮੇਰਾ ਨਾਂ ਤਾਂ ਸੈਦਾ ਹੈ, ਸੈਦਾ। ਉਹ ਪੁੱਤਰ, ਅੱਜ ਤੈਨੂੰ ਹੋ ਕੀ ਗਿਆ? ਤੈਨੂੰ ਕੋਈ ਭੂਤ ਤੇ ਨਹੀਂ ਚੰਬੜ ਗਿਆ? ਮੈਂ ਕਹਿੰਦੀ ਹਾਂ ਜੀ, ਭੂਤ ਹੀ ਚੰਬੜੇ। ਇਹਨੂੰ ਲੈ ਜਾਓ ਫੁਲਕਾਰੀ ਵਾਲੇ ਬਾਬੇ ਕੋਲ। ਕਾਲੇ ਦੀ ਜੈ, ਬਾਬੇ ਫੁਲਕਾਰੀ ਵਾਲੇ ਦੀ ਜੈ। ਕਲੀ ਕਲੰਦਰ ਜਾਨ ਸ਼ੰਦਰ, ਮਿੰਟਾਂ ਅੰਦਰ ਬਾਬਾ ਦੁੱਖ ਦੂਰ ਕਰਨਗੇ। ਬੋਲੋ ਕਿਉਂ ਆਏ ਬਾਬਿਆਂ ਦੇ ਦੁਆਰੇ? ਬਾਬਿਆਂ ਨੇ ਕਈ ਡੁੱਬਦੇ ਪੱਥਰ ਤਾਰੇ, ਕੀ ਦੁੱਖ ਕੀ ਕਸ਼ਟ। ਬੋਲੋ ਬਾਬਾ ਜੀ, ਸਾਡੇ ਤੇ ਮਿਹਰ ਕਰੋ, ਇਸ ਕੁੜੀ ਨੂੰ ਭੂਤ ਚੰਬੜ ਗਿਆ ਜੀ। ਕੁੱਟ ਕੁੱਟ ਕੇ ਮੇਰੀ ਹੱਡੀ ਖੜਕਾ ਦਿੱਤੇ ਨੇ। ਕਾਲੀ ਪੀਲੀ ਕੰਬਲੀ ਕਾਲੀ ਮਹਾਬਲਾ, ਮਾਰ ਫੁਲਕਾਰੀ ਵਾਲੇ ਦੀ, ਚਿੱਤਰੋਂ ਆਈ ਉਧਰੇ ਨੂੰ ਜਾ, ਛੂ ਨਿਕਲ, ਦੱਸ ਕੌਣ ਹੈ ਤੂੰ? ਬਾਬਾ ਜੀ, ਹੋਰ ਮੇਰੀ ਇਸ ਚੰਗੀ ਭਲੀ ਧੀ ਨੂੰ ਕੀ ਹੋ ਗਿਆ? ਇਹਨੂੰ ਭੂਤ ਨਹੀਂ, ਪ੍ਰੇਤ ਚਿੰਬੜਿਆ ਲੱਗਦਾ। ਲੋ ਆਉਣ ਲੱਗੀ ਹੈ ਬਾਬਿਆਂ ਚ ਪਾਉਣ।
बोलो दुष्टा इस कन्या च वरन बोल भूत है प्रेत है जिन्ने के दैत है बोल अंजू बोल देना अंजू केड़ी अंजू मेरा नाम तो सैदा है सैदा अच्छा दस बुढ़ी है के मटियार दुश्मन है के यार नहीं ते लगे रे बाबे तेरा कर्म कट्टू पार कट्टू पार करूं भूत नहीं ना भूत तू आया मैं हुने कट दिया तेरा भूत आ गया प्रेत हुन मैं समझ गया तेनू तू केड़ा प्रेत है तेनू मार खौसड़े मैं बठिंडियों कटिया फिर कोट कपूरियों कटिया फिर बिशर्मा तेनू मुक्तसरों तो बल्लिया तू बिगड़िया तिगड़िया 20 साला दा दैंत है मान मराना वाला मेरा प्राणा दुश्मन तेरी मेरी अगे 20 वार टक्कर होई है पर हुन बाबे चले न काला इलम पढ़न तेनू तां की तेरे बच्चे नू भी कर देंगे पुत्र बोल देना नहीं तो खबरे बाबा की कर दवे थत देखती है की करदा साला आन दे केरा ओनू बाबे फुलकारी वाले जी बाबे फुलकारी वाले जी बाबे फुलकारी वाले जी बाबे दसो तेरी की सलाह दंता कुड़ी नू छड़ना है के नहीं हुन बाबे ओ नहीं हुन बाबे असली रंग चोके है वे हुन तेरा भूत देखी निकलदा दस ओए छड़दे कने नू के नहीं दस तेरा की है दसा दस दे के नहीं दसा ए आ ले नहीं पुत्र तू अंजू दी चुड़वा भैन मंजू है बड़े बड़े पहला की गल तू एडिक सी मैं तो एक मेले च भी छड़ गई सी चल पुत्र चल तेरी भैन नाल मिलाना हूं चल चलो क्यों भगतो देखी बाबिया की करामात बिछड़े परिवार नू मिलाता खुश हो भगतो अंजू वेख तेरी भैन मिल गई है अंजू अंजू डैडी मैनू उथा अफसोस है कि मैं थोड़िया भावनावां दे खिलाफ ते थोड़िया आशावां दे उल्ट अपनी जीवन बेड़ी ठेल बैठी हाँ शायद एक कपड़ चलना ही मेरे प्रीतम प्यारे नू मिला दे थोड़ी बेटी अंजू प्रीतम कौन अंजू हाँ मैं दूर हो जा मेरी नजरों तो मैं तेरी शक्ल भी नहीं देखना चाहता प्रीतम मेरे वाले एक बारी वेख तो सही मैंने ये तो दस कि मेरा दोष की है जो तमाशा मैं पहला देख चुका है वो मैं बार बार नहीं देखना चाहता प्रीतम मेरी तो जिंदगी ही एक तमाशा बन गई है दो बेड़ियों का सवार कदे पार नहीं उतरता प्रीतम
तू बिना कसूर दसे मैनू सजा दे रहा? सजा नहीं दे रहा, सगो खुद जीन की सजा भुगत रहा। ठीक है, फिर तू भी मेरी मरी का मुंह देखेगा। तू मेरे मन में बहुत देर दी मर चुकी अंजू। मर भी नहीं सकती, तू भेस बदल के मेरी अखां च कट्टा नहीं पा सकती, तैनू मेरे नाल व्याह कराना ही पऊगा। हां व्याह, चल मेरे नाल। तू? हां मैं। जब गिद्दड़ दी मौत आती है वो शहर वाल दौड़दा है। इहदा हाथ छड़ दे, छड़ दे इहदा हाथ। लगता है तेरे दिन नेड़े आ गए ने। आज मैं तेनू ਬੱਜਾ ਰਹਿਣ ਦੇ ਨੂੰ ਦਰਖਤ ਦੇ ਨਾਲ
जब तक सैदा मेरी नहीं हो जाती। हो गया काम अपनी सैदा नु भज्जी जा रही थी। मेरा नाम सैदा नहीं है, अंजू आ। तेरा नाम की है? चल तेनु दसना, चल मेरे नाल। प्रीतम बेटे अंजू किथे है? अंजू ऐ तुहाडे नाल अंजू तो खलोती है? नहीं पुत्र, ए अंजू नहीं मंजू है। अंजू दी जुड़वा भैन जिहड़ी छोटे होंदिया साडे तो विछड़ गई सी। रब दा शुक्र है मेरी धी मैनू वापस मिल गई है। ए मंजू है? मंजू ए मेरे कोल की हो गया? क्यों की है प्रीतम? प्रीतम तू घबराया लगना, खैर ते है। अंजू किथे है? ऐ तो बहुत ही बुरी गल हो गई, अंजू जरूर कोई खतरनाक गलती कर बैठेगी। प्रीतम प्रीतम ओए की होया? सज्जनी जान नू खतरा है। की कोका मल्लो मली सैदा नाल ब्याह करवा रहे हैं ते गुंडियां ने फड़ के सज्जन नू बांध लिया, जब कुछ ना कीता तो ओदियां तजे उड़ा देंगे। गुंडियां ने फड़ लिया? हाँ। पानी 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 दा बच्चा ना होता वो देखेगा थोड़ा कुत्ते। अरे 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 बासु प्रीतम मेरी बात हो चली। ओए चुगल ना था, तो तू सप फरदा फरदा आर्मी का उत्पाद ला गया। तेनू तो तेरे के चूजा नहीं पता। नमस्ते जी। नमस्ते जी। मंगलनाथ सैदा गोगे की मंगेतरे ते कबीले की रस्म के मुताबिक मैं सैदा की शादी गोगे नाल करन लग्या वा। ठीक है गुरु नाथ। ठहरो, ये शादी नहीं हो सकती। क्यों नहीं हो सकती? डैडी बेटी बेटी ए सैदा नहीं, ए अंजू है ते ए मेरी दूजी धी मंजू जेड़ी छोटे होंदिया मेथों एक मेले च विछड़ गई थी। सच? क्यों मंगलनाथ की है सच? नहीं गुरु नाथ, सैदा मेरी धी है, मेरे कलेजे का टुकड़ा है, पर इस शिवजी के मंदिर च मैं झूठ नहीं बोल सकता। सैदा वाकई मेरी धी नहीं। आज तो 20 साल पहला Oh,
ਮੇਲੇ ਚ ਵਿਖਦਾ ਹੋਇਆ ਬੱਚਾ ਮੈਨੂੰ ਮਿਲਿਆ ਸੀ, ਜਿਸ ਨੂੰ ਮੈਂ ਆਪਣੇ ਕਲੇਜੇ ਨਾਲ ਲਾ ਕੇ ਚੁੱਕ ਲਿਆ ਔਰ ਉਸ ਨੂੰ ਮਾਂ ਤੇ ਬਾਪ ਦੋਨਾਂ ਦਾ ਪਿਆਰ ਦਿੱਤਾ, ਪਾਲ ਪੋਸ ਕੇ ਵੱਡਾ ਕੀਤਾ। ਮੈਂ ਇਸ ਨੂੰ ਆਪਣੇ ਆਪ ਤੋਂ ਜੁਦਾ ਨਹੀਂ ਕਰ ਸਕਦਾ ਗੁਰੂ ਨਾਨਕ, ਜੁਦਾ ਨਹੀਂ ਕਰ ਸਕਦਾ। ਪਿਤਾ ਕੀ ਹੋਇਆ? ਗੋਗਾ ਸ਼ੈਦਾ ਚੁੱਕ ਲੈ ਗਿਆ ਉਧਰ ਤੇ ਰਾਜੂ ਅੰਜਨ ਚੁੱਕ ਲੈ ਗਿਆ ਇੱਧਰ, ਛੇਤੀ ਕਰਨਾ ਜਾ ਜਾ। Thank you.
रुक जा जवाना, छड़ जा गुरुनाथ, इन्हें मैं क्यों नहीं छड़ांगा? इन्हें मारना तेरा काम नहीं, इन्हें कबीले की मर्यादा भंग की है, इन्हें सजा सी देंगे, ले जाओ मुंडे फड़ के इसनूं बंद रख दे नाल। गोगिया तेनु क्या थी ना बाज आ जा, ए सौदा महंगा पाऊगा हुन आई ना समझ। ओ चुगलनाथ नाथ लाला जी। हाँ मंगलनाथ, तुहाडी अमानत तुहानू सौंपण आया वा। तीए जे कोई गलती हुई होवे तो माफ कर देना। मंगलनाथ ना अमानत तेरी है ते ना मेरी, तियां पराया तन होंदियां ने, ते इन्हां नौजवानां दी अमानत नहीं, ते मंजू दा कन्यादान तुसी करो। लिया पुत्तर हथ फड़ा, जीउंदे रहो, सदा सुखी रहो, जवानी अमानो। अटेंशन मार, ओए मेरे आशीर्वाद के बगैर ब्याह किस तरह हो सकता है, हैं? हाँ जीउंदे रहो जीउंदे रहो जीउंदे रहो। और फौजी दे पुत्रों आखिर मोर्चा मार लिया ना। आई एम वेरी वेरी प्राउड ऑफ माय बोथ मुंडा एंड देयर बॉडी। पर पुत्रों तुसी अपनी अपनी बॉडी किस तरह बचाओगे, वो दोवां दी सूरत तो एक ही है। ओए बुजुर्गां दी गल मन्नी दी है, कुछ ना कुछ निशानी ला दियो। जाओ और जाओ जाओ बेटे जाओ। कुड़मो असं भी नचिए टबीए ते गाइए। वाह बापू अगला पूरा, बस हो गया कुड़मा दा ते असली पुत्तां दा, असीं लड़दे एवें मर गए, वड्डे पुत्त नूं केड़ा अपना आशीर्वाद देऊगा? ओ पुत्त नहीं कुत्त, ओ सॉरी दिया, कुछ करके भी दसेगा जां लांभे ही मारदा रहेगा। ओ सॉरी दिया, असीं जब तेरी उम्र दे हैगा ना ते इक्को निशाने च उत्तों बुलबुल थले सुट लैंदे सां, ते तू एवें कलम कुल्ला फिरदा है ऊंट दी पूंछ वर्गा। बापू एवें मेने ना दे, असि भी दस दईए, असि भी एक पसा रखी है मैणा। हां छेती लिया असि उन्हों आशीर्वाद दईए। लै फिर तैयार रही, मैं लैके आना मैणा, हुण मुकरी ना। ओ नहीं ओ नहीं, असि बड़े जबरदस्त आशीर्वाद देने वास्ते, जा छेती लिया छेती लिया। मैणा तेरा काम बन गया। हस बलिए नहीं हसना, मैं क्या हस बलिए दस बलिए नहीं दसना। बिलो तेरी हिक दतावी तू बन के, बिलो तेरी हिक दतावी तू बन के, तेरे दिल दी समझ ला सारी। छड़ मेरी बा मित्रा, मैं मार गई शर्म दी मारी। छड़ मेरी बा मित्रा, मैं मार गई शर्म दी मारी। हस बलिए